ਸਿਆਸਤ ਦੇ ਵਿੱਚ ਕੀ ਕੁਝ ਹਲਚਲ ਰਹੀ ਹੈ 2021 ਦੇ ਵਿੱਚ ਕੀ ਕੁਝ ਤੂਫਾਨ ਉੱਠੇ ਤੇ ਕੀ ਕੁਝ ਬਦਲਾਅ ਆਏ ਨੇ ਸਿਆਸਤ ਦੇ ਵਿੱਚ ਹਰਿਆਣੇ ਵੱਲੋਂ ਜਿਹੜਾ ਰਸਤਾ ਹੁੰਦਾ ਸੀ ਉੱਥੇ ਇੱਕ ਐਂਬੂਲੈਂਸ ਆ ਗਈ ਉਹਦੇ ਚ ਮਰੀਜ਼ ਸੀ ਬੜਾ ਸੀਰੀਅਸ ਜੀ ਕਿਸਾਨਾਂ ਨੇ ਤਾਂ ਜਾਣ ਲਈ ਦਿੱਲੀ ਵੱਲ ਨਾਕੇ ਤੋੜਤੇ ਉੱਧਰ ਆਉਣ ਲਈ ਪੱਥਰ ਉਦਾਂ ਹੀ ਪਏ ਸੀ ਫੇ ਕਿਸਾਨ ਉੱਧਰ ਭੱਜੇ ਆਏ ਕਹਿੰਦੇ ਪਹਿਲਾਂ ਸਾਡਾ ਕਰਤਵ ਏ ਵੱਡੇ 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 ਪੱਥਰ ਪੱਥਰਾਂ ਵਿੱਚ ਲੱਗੀਆਂ ਕੁੰਡੀਆਂ ਜੀ ਕੁੰਡੀਆਂ ਨੂੰ ਸੰਗਲਾਂ ਨਾਲ ਜਕੜਿਆ ਜੀ ਤੇ ਸੰਗਲਾਂ ਨੂੰ ਲੈ ਲੋ ਦੋ ਦੋ ਵੱਡੇ ਵੱਡੇ ਤਾਲੇ ਲਾਏ ਸੀ ਪਰ ਕੰਦੀ ਸਾਹਿਬ ਨੇ ਖੁਦ ਕਿਹਾ ਵੀ ਜਦੋਂ ਰਾਹੁਲ ਗਾਂਧੀ ਹੁਣਾ ਮੈਨੂੰ ਫੋਨ ਕਰਕੇ ਗਿਆ ਵੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਰਿਹਾ ਜੀ ਤੇ ਅੱਖਾਂ ਚ ਆਪ ਨੇ ਆ ਵੀ ਨੀਰ ਉਤਰ ਆਇਆ ਜੀ ਤੇ ਉਹਨਾਂ ਨੇ ਕਿਹਾ ਕਿ ਹੋਰ ਨੂੰ ਬਣਾ ਦੋ ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਹਾਂ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ ਇਹ ਬੜਾ ਰੋਚਕ ਬੜਾ ਪਰੇਸ਼ਾਨ ਕਰਨ ਵਾਲਾ ਤੇ ਹੈਰਾਨ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਸਿਆਸੀ ਦਾਅ ਖੇਡਿਆ ਮੈਨੂੰ ਲੱਗਦਾ ਉਹ ਭਾਵੇਂ ਚਰਨਜੀਤ ਚੰਨੀ ਹੋਣਾ ਦੇ ਬਰਨ ਨਾਲ ਥੋੜਾ ਜਿਹਾ ਅੱਗੇ ਨਾਲੋਂ ਮੱਧਮ ਪਿਆ ਲੱਗਦਾ ਇੱਕ ਦਲ ਚਿਹਰਾ ਮੁੱਖ ਮੰਤਰੀ ਦਾ ਬਣਾ ਦਿੱਤਾ ਕਾਂਗਰਸ ਨੇ ਪਰ ਉਹਨਾਂ ਨੇ ਬਹੁਜਮ ਸਵਾਜ ਪਾਰਟੀ ਨਾਲ ਗੱਠ ਜੋੜ ਕਰ ਲਿਆ। ਬਿਲਕੁਲ। ਬਾਪਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਘਿੰਟਾ ਸਾਹਿਬ ਇਹ ਗੱਠ ਜੋੜ ਬਣਿਆ ਮੈਂ ਨਾ ਤਾਂ ਲੈ ਰਿਹਾ ਵੀ ਲੋਕ ਕਾਂਗਰਸ ਨੂੰ ਕੋਈ ਨਹੀਂ ਜਾਣਦਾ ਫਿਲਹਾਲ ਕੈਪਟਨ ਸਾਹਿਬ ਨੂੰ ਜਾਣਦੇ ਆ। ਚੰਡੀਗੜ੍ਹ ਦੀ ਜਿੱਤ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਇਹ ਕਹਿ ਸਕਦੇ ਆ ਵੀ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਪੰਜਾਬ ਚ ਇਸ ਵਾਰੀ ਕਾਂਗਰਸ ਬਿਲਕੁਲ ਅਕਾਲੀ ਦਲ ਬੋਧੂ ਸਮਾਜ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੇ ਭਾਜਪਾ ਕੈਪਟਨ ਤੇ ਢੀਂਡਸਾ ਸਾਹਿਬ ਤੇ ਸੰਯੁਕਤ ਸਮਾਜ ਮੋਰਚਾ ਸਾਨੀ ਅੰਦੋਲਨ ਹੀ ਆਪਾਂ ਮੁੱਖ ਉਸ ਨੂੰ ਕਾਰਨ ਸਮਝ ਸਕਦੇ ਹਾਂ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਹੈ ਇਸ ਵਾਰ ਇਲੈਕਸ਼ਨ ਚ ਇੱਕ ਨਵੇਂ ਤਰ੍ਹਾਂ ਦਾ ਮੇਲਾ ਦੇਖਿਆ ਜਾਊਗਾ ਜੀ ਸਤਿ ਸ਼੍ਰੀ ਅਕਾਲ ਦਾ ਸਮਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ 2022 ਦੀਆਂ ਸਭ ਨੂੰ ਸ਼ੁਭ ਕਾਮਨਾਵਾਂ ਤੇ 2022 ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ 2021 ਦੀ ਇੱਕ ਸਰਸਰੀ ਨਜ਼ਰ ਮਾਰਦੇ ਹਾਂ ਕਿ ਸਿਆਸਤ ਦੇ ਵਿੱਚ ਕੀ ਕੁਝ ਹਲਚਲ ਰਹੀ ਹੈ 2021 ਦੇ ਵਿੱਚ ਕੀ ਕੁਝ ਤੂਫਾਨ ਉੱਠੇ ਤੇ ਕੀ ਕੁਝ ਬਦਲਾਅ ਆਏ ਨੇ ਸਿਆਸਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਿਸਾਨੀ ਅੰਦੋਲਨ ਦੀ ਜਿਸਨੇ ਪਾਇਚਾਰਕ ਸਾਂਝ ਦਾ ਵਧਾਈ ਪਰ ਸਿਆਸਤ ਦੇ ਵਿੱਚ ਇੱਕ ਆਪਣੀ ਵੱਡੀ ਛਾਪ ਜ਼ਰੂਰ ਛੱਡੀ ਹੈ ਸਿਆਸਤ ਦੇ ਵਿੱਚ ਇੱਕ ਵੱਡਾ ਬਦਲਾਅ ਜ਼ਰੂਰ ਲਿਆਂਦਾ ਹੈ ਇਸ ਦੇ ਨਾਲ ਕਈ ਰਿਸ਼ਤੇ ਬਣੇ ਤੇ ਕਈ ਟੁੱਟੇ ਨੇ ਤੇ ਮੇਰੇ ਨਾਲ ਮੇਰੇ ਸੀਨੀਅਰ ਸੰਪਾਦਕ ਤਰਲੋਚਨ ਸਿੰਘ ਜੀ ਨੇ ਤਰਲੋਚਨ ਜੀ ਸਿਆਸਤ ਦੇ ਵਿੱਚ ਇੱਕ ਵੱਡਾ ਆਪਣੀ ਛਾਪ ਛੱਡ ਕੇ ਗਿਆ ਕਿਸਾਨੀ ਅੰਦੋਲਨ ਜਿਸ ਦੇ ਨਾਲ ਕਈ ਰਿਸ਼ਤੇ ਨਵੇਂ ਬਣੇ ਕਈ ਪੁਰਾਣੇ ਟੁੱਟੇ ਚਲੋ ਪਹਿਲਾਂ ਅਸੀਂ 2022 ਚ ਪ੍ਰਵੇਸ਼ ਕਰ ਰਹੇ ਹਾਂ ਜੀ ਤੇ ਆਪਣੇ ਦਰਸ਼ਕਾਂ ਲਈ ਕਾਮਨਾ ਕਰਦੇ ਆਂ ਵੀ ਇਹ ਹੱਸਦੇ ਖੇੜਟ ਦੇ ਦਿਸਨ ਤੇ 2022 ਦਾ ਹਰ ਇੱਕ ਪਲ ਇਹਨਾਂ ਲਈ ਖੁਸ਼ੀਆਂ ਭਰਿਆ ਚੜੇ ਬਿਲਕੁਲ ਨਾਲ ਦੀ ਨਾਲ ਕਾਮਨਾ ਕਰਦੇ ਆਂ ਉਹ ਸਾਡਾ ਪੰਜਾਬ ਜਿਹੜਾ ਬੜੇ ਚਿਰ ਤੋਂ ਬੇਰੁਜ਼ਗਾਰੀ ਡਰੱਗ ਔਰ ਕਰਜ਼ੀਆਂ ਵਿੱਚ ਡੁੱਬਿਆ ਪਿਆ ਕਿਤੇ ਇਦਾਂ ਦਾ ਚੰਦ ਚੜੇ ਬੀ ਇਹ ਜਿਹੜੇ ਗ੍ਰਹਿਣ ਲੱਗੇ ਨੇ ਪੰਜਾਬ ਨੂੰ ਇਹ ਸਾਡੇ ਮੱਥੇ ਤੋਂ ਲੱਥਨ ਔਰ ਜਿਹੜੀ ਤੁਸੀਂ ਗੱਲ ਕੀਤੀ ਐ ਬਹੁਤ ਜ਼ਰੂਰੀ ਐ ਜਦੋਂ ਅਸੀਂ 2022 ਦੀਆਂ ਬਰੂਹਾਂ ਟੱਪਣ ਲੱਗੀਆਂ ਐ ਤੇ 2021 ਦੇ ਕੁਝ ਜ਼ਰੂਰੀ ਜਿਹੜੇ ਤੱਤ ਸੀ ਜਿਹੜੇ ਇਤਿਹਾਸ ਸੀ ਜਿਹੜੀਆਂ ਘਟਨਾਵਾਂ ਸੀ ਖਾਸ ਕਰਕੇ ਸਿਆਸਤ ਨਾਲ ਜੁੜੀਆਂ ਉਹਦੇ ਤੇ ਵਿਚਾਰ ਕਰਨਾ ਤੇ ਬੰਦਾ ਤਾਂ ਜੋ 2022 ਚ ਲੋਕਾਂ ਨੇ ਨਵੀਂ ਸਰਕਾਰ ਵਿੱਚ ਹੁੰਦੀ ਹੈ ਬਿਲਕੁਲ ਜੀ ਨਵੇਂ ਬਾਰਸ ਵਿੱਚ ਹੁੰਦੇ ਨੇ ਤੇ ਸ਼ਾਹਦੂ ਜਿਹੜੇ ਨਵੇਂ ਬਾਰਸ ਚ ਹੁੰਦੇ ਨੇ ਖਾਸ ਕਰਕੇ ਮੁੱਖ ਮੰਤਰੀ ਮੰਤਰੀ ਵਿਧਾਇਕ ਜਿਹੜੇ ਨੇ ਬਿਲਕੁਲ ਉਹਨਾਂ ਨੇ ਫਿਰ 5 ਸਾਲ ਪੰਜਾਬ ਦੀ ਕਿਸਮਤ ਕਰਨੀ ਹੈ ਜੀ 3 ਕਰੋੜ ਦੇ ਕਰੀਬ ਪੰਜਾਬੀਆਂ ਦੀ ਕਿਸਮਤ ਤੇ ਪੰਜਾਬੀਆਂ ਦੀ ਕਹਿ ਸਕਦੇ ਸਫਲਤਾ ਦੀ ਤੇ ਅਸਫਲਤਾ ਦੀ ਚਾਬੀ ਜਿਹੜੀ ਹੈ ਉਹਨਾਂ ਦੀ ਜੇਬ 'ਚ ਚੱਲ ਜਾਣੀ ਹੈ। ਇਸ ਲਈ 2021 ਦੀਆਂ ਸਿਆਸੀ ਘਟਨਾਵਾਂ ਯਾਦ ਕਰਾਉਣੀਆਂ ਜ਼ਰੂਰੀ ਨੇ ਕਿ ਜਦੋਂ ਉਹ ਕਿਸੇ ਉਮੀਦਵਾਰ ਦੀ ਬਟਨ ਦੱਬਣ EVM ਮਸ਼ੀਨ ਦੇ ਤੇ ਫਿਰ ਇਹ ਜਾਦਾਂ ਨੂੰ ਯਾਦ ਕਰਕੇ ਅਨਲਿਸਿਸ ਕਰਕੇ ਵੋਟ ਪਾਉਣ ਜੀ ਇਹ ਸਾਡਾ ਕਿਸਮਤ ਘਾੜਾ 2022 ਤੋਂ ਲੈ ਕੇ 2027 ਤੱਕ ਕੌਣ ਹੋਣਾ ਚਾਹੀਦਾ ਹੁਣ ਗੱਲ ਕਰਦੇ ਆਂ ਕਿਸਾਨੀ ਅੰਦੋਲਨ ਦੀ ਜੀ ਬਹੁਤ ਵੱਡੀ ਯਾਦ ਜਿਨ੍ਹਾਂ ਨੇ ਕਈ ਨਵੇਂ ਇਤਿਹਾਸ ਸਿਰਜੇ ਨੇ ਜੀ ਉਹ ਕਿਸਾਨੀ ਅੰਦੋਲਨ ਜਿਹੜਾ ਜੂਨ ਚ ਜਦੋਂ ਨਵੇਂ ਇਹ ਖੇਤੀ ਕਾਨੂੰਨਾਂ ਦੇ ਬਿੱਲ ਕਾਨੂੰਨ ਬਣੇ ਐਕਟ ਬਣੇ ਉਦੋਂ ਤੋਂ ਸ਼ੁਰੂ ਹੋ ਗਿਆ ਪਰ ਇਹਦੀ ਜਿਹੜੀ ਚੜਤ ਸੀ ਉਹ 26 ਨਵੰਬਰ 2020 ਤੋਂ ਸ਼ੁਰੂ ਹੋਈ ਜੀ ਜਦੋਂ 32 ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਤਿੱਤਵੀ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਕਿਹਾ ਵੀ ਹੁਣ ਦਿੱਲੀ ਕੂਚ ਕਰਾਂਗੇ ਦਿੱਲੀ ਕੂਚ ਕੀਤਾ ਔਰ ਸ਼ੰਭੂ ਬਾਰਡਰ ਤੋਂ ਲੈ ਕੇ ਟਿੱਕਰੀ ਸਿੰਘੂ ਗਾਜੀਪੁਰ ਬਾਰਡਰ ਤੱਕ ਜੋ ਕੁਝ ਵਾਪਰਿਆ ਕੁਦਰਤੀ ਮੈਂ ਕਿੰਨਾ ਖੁਸ਼ਕਿਸਮਤ ਆ ਵੀ ਸਾਨੂੰ ਕਵਰ ਕਰਨ ਦਾ ਮੌਕਾ ਮਿਲਿਆ ਉਦੋਂ ਮੈਂ 26 ਨਵੰਬਰ ਨੂੰ ਸ਼ਾਲੂ 7 ਵਜੇ ਸ਼ੰਭੂ ਬਾਰਡਰ ਤੇ ਹੀ 2020 ਚ ਜੀ ਆਪਣੇ ਅੱਖੀਂ ਦੇਖਿਆ ਖੱਟਰ ਸਰਕਾਰ ਦੇ ਤਸ਼ੱਦਦ ਜਿਹੜੀ ਕਿਸਾਨਾਂ ਤੇ ਨਾਕੇ ਲੱਗੇ ਐਡੇ ਐਡੇ ਵੱਡੇ ਪੱਥਰ ਪੱਥਰਾਂ ਵਿੱਚ ਲੱਗੀਆਂ ਕੁੰਡੀਆਂ ਜੀ ਕੁੰਡੀਆਂ ਨੂੰ ਸੰਗਲਾਂ ਨਾਲ ਜਕੜਿਆ ਜੀ ਤੇ ਸੰਗਲਾਂ ਨੂੰ ਸ਼ਹਿਲੂ ਦੋ ਦੋ ਵੱਡੇ ਵੱਡੇ ਤਾਲੇ ਲਾਏ ਸੀ ਜੀ ਵੀ ਕਿਤੇ ਸੰਗਲ ਕੱਲਾ ਕੱਲਾ ਉਹ ਪੱਥਰ ਚੱਕ ਕੇ ਤੇ ਨਾਲ ਕੱਗਰ ਦਰਿਆ ਸੀ ਥੱਲੇ ਉਹਦੇ 'ਚ ਨਾ ਸੁੱਟ ਦੇਣ ਕਿਸਾਨ ਜੀ ਫਿਰ ਮੋٹے ਮੋਟੇ ਨਾਕੇ ਉਸ ਤੋਂ ਪਿੱਛੇ ਤੇ ਪੁੱਛੋ ਹੀ ਕੁਛ ਨਾ ਬਿਲਕੁਲ ਜਲ ਤੋਪਾਂ ਉਹ ਜਲ ਤੋਂ ਆਪਾਂ ਮੈਂ ਖੁਦ ਆਪਣੀ ਅੱਖੀਂ ਵੀ ਤਰ ਲੋ ਚੰਜੀ ਦੇਖਿਆ ਬਿਲਕੁਲ ਦੇਖਿਆ ਮੈਂ ਉਸ ਸਮੇਂ ਮੈਂ ਵੀ ਉੱਥੇ ਸ਼ੰਭੂ ਬੋਰਡ ਤੇ ਮੌਜੂਦ ਸੀ ਮਤਲਬ ਇੱਕ ਖੁਸ਼ਕਿਸਮਤੀ ਵੀ ਅਸੀਂ ਸਮਝਦੇ ਹਾਂ ਕਿ ਸਾਨੂੰ ਉਸ ਇਤਿਹਾਸਿਕ ਲੰਮੇ ਦੇ ਅਸੀਂ ਪਾਤਰ ਹਾਂ ਅਸੀਂ ਉਹ ਦੇਖਿਆ ਆਪਣੀ ਅੱਖੀਂ ਹੰਡਾਇਆ ਉਹ ਤੇ ਚਲੋ ਮੇਰੇ ਉਹ ਪਲ ਜਾਦ ਆ ਆ ਕਿਸਾਨ ਆਏ ਅੱਗੇ ਵਧੇ ਨਾਕੇ ਲੱਗੇ ਉੱਥੇ ਜਾ ਕੇ ਉਹਨਾਂ ਨੇ ਨਾਕਿਆਂ ਦੀ ਹਿਲਜੁਲ ਸ਼ੁਰੂ ਕੀਤੀ ਤੋੜਨ ਦਾ ਯਤਨ ਕੀਤਾ ਜੀ ਤੇ ਬਲਬੀਰ ਸਿੰਘ ਰਾਜੇਵਾਲ ਜਿਹੜੇ ਬਹੁਤ ਵੱਡੇ ਕਿਸਾਨ ਲੀਡਰ ਉੱਬਰ ਕੇ ਸਾਹਮਣੇ ਆਏ ਨੇ ਉਹ ਭੱਜੇ ਜਾ ਰਹੇ ਸੀ ਤੇ ਮੈਂ ਕਿਹਾ ਵੀ ਰਾਜੇਵਾਲ ਸਾਹਿਬ ਮੈਂ ਵੀ ਆਪਾਂ ਗੱਲਬਾਤ ਕਰ ਲਈਏ ਵੀ ਕਿਵੇਂ ਅੱਗੇ ਵਧਣਾ ਕਹਿੰਦੇ ਨਹੀਂ ਉਹ ਅੱਗੇ ਸਾਡੇ ਕੋਲ ਸਾਥ ਹੀ ਗਏ ਨੇ ਉਹ ਲਾਕੇ ਤੋੜਨ ਦਾ ਯਤਨ ਕਰ ਰਿਹਾ ਸਾਡਾ ਇਹ ਫੈਸਲਾ ਨਹੀਂਗਾ ਮੈਂ ਉਹਨਾਂ ਨੂੰ ਸਮਝਾ ਕੇ ਆਇਆ ਕਿਉਂਕਿ ਇਹ ਤਾਂ ਜਿੱਥੇ ਪੁਲਿਸ ਨੇ ਉੱਥੇ ਰੁਕਣਾ ਜੀ ਮੈਂ ਹੈ ਠੀਕ ਹੈ ਜੀ ਉਹ ਸਮਝਾ ਕੇ ਵਾਪਸ ਆ ਗਏ ਹਾਲੇ ਗਏ ਤੇ ਨਾਕੇ ਉਹ ਜਿਵੇਂ ਪੱਥਰ ਜਿਹੜੇ ਦੱਸੇ ਉਹ ਲੱਗਣ ਵੀ ਜਿਵੇਂ ਫੁੱਟਬਾਲ ਆ ਜਿੰਨਾਂ ਚ ਹਵਾ ਭਰੀ ਹੁੰਦੀ ਹੈ ਤੇ ਸੰਗਲ ਲੱਗਣ ਵੀ ਜਿਵੇਂ ਢਾਗੇ ਆ ਬਰੀਕ-ਬਰੀਕ ਤੇ ਜਿਹੜੇ ਨਾਕੇ ਸੀ ਉਹ ਬੈਰੀਕਡ ਲਾਏ ਸੀ ਵੱਡੇ ਵੱਡੇ ਪੁਇੰਟਾਂ 'ਲਾਂ ਭਾਰ ਉਹ ਆਪਣੀ ਅੱਖੀਂ ਦੇਖੇ ਕਿਵੇਂ ਉਲਟ ਦੇ ਘੱਗ دریا ਚ ਡਿੱਗ ਰਹੇ ਸੀ ਬਿਲਕੁਲ ਪੁਲਿਸ ਨੇ ਕਿੰਨਾ ਸਮਾਂ ਲਗਾਇਆ ਹੋਵੇਗਾ ਉਹਨਾਂ ਨੂੰ ਬੈਰੀਗੇਡਸ ਨੂੰ ਲਗਾਉਂਦੇ ਤੇ ਉਹ ਕੁਝ ਪਲਾਂ ਦੇ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਖੇਰੂ ਖੇਰੂ ਕਰਤਾ ਖੇਰੂ ਖੇਰੂ ਇੱਕ ਹੋਰ ਸੀਨ ਮੈਂ ਦੇਖਿਆ ਇਹ ਹਰਿਆਣੇ ਵੱਲੋਂ ਜਿਹੜਾ ਰਸਤਾ ਹੁੰਦਾ ਸੀ ਉੱਥੇ ਇੱਕ ਐਂਬੂਲੈਂਸ ਆ ਗਈ ਉਹਦੇ ਚ ਮਰੀਜ਼ ਸੀ ਬੜਾ ਸੀਰੀਅਸ ਜੀ ਕਿਸਾਨਾਂ ਨੇ ਤਾਂ ਜਾਨ ਲਈ ਦਿੱਲੀ ਵੱਲ ਨਾਕੇ ਤੋੜਤੇ ਉਧਰ ਆਉਣ ਲਈ ਪੱਥਰ ਉਦਾਂ ਹੀ ਪਏ ਸੀ ਫੇਰ ਕਿਸਾਨ ਉਧਰ ਭੱਜਿਆ ਇਹ ਕਹਿੰਦੇ ਪਹਿਲਾਂ ਸਾਡਾ ਕਰਤਵ ਇਹ ਹੈ ਵੀ ਬੰਦਾ ਜਿਹੜਾ ਵਿੱਚ ਬੈਠਾ ਤੜਫ ਰਿਹਾ ਉਹ ਕਿਸਾਨ ਬਚ ਜਾਏ ਫਿਰ ਉਹ ਪੱਥਰ ਵੀ ਸਾਈਡ ਤੇ ਕੀਤੇ ਉਹ ਵੀ ਮੈਂ ਬਹੁਤ ਨੇੜਿਓਂ ਦੇਖੇ ਕਿਦਾਂ سنگਲਾਂ ਨੂੰ ਤੋੜਿਆ ਗਿਆ ਜੀ ਗੱਲ ਕਰੀ ਵੀ ਦਿੱਲੀ ਪਹੁੰਚ ਗਏ ਤੇ ਜੇ ਆਪਾਂ ਬਹੁਤ ਲੰਬੀ ਗੱਲ ਕਰਾਂਗੇ ਤੇ ਮੇਰਾ ਖਿਆਲ ਫਿਰ 2021 ਦੀ ਜ਼ਾਦਤ ਇਹੀ ਆਪਾਂ ਸਾਂਝੀ ਕਰ ਸਕਾਂਗੇ ਸੋ ਗੱਲ ਮੁੱਕ ਦੀ ਦੋਸਤੋ ਇਹ ਵੀ ਫਿਰ ਉੱਥੇ ਮੋਰਚੇ ਲੱਗੇ ਸਿੰਗੂ ਬਾਰਡਰ ਤੇ ਦਿੱਲੀ ਦੀਆਂ ਬਰੂਹਾਂ ਤੇ ਤੇ ਉੱਥੇ ਫਿਰ 26 ਜਨਵਰੀ 2021 ਦਾ ਵੀ ਦਿਨ ਆਇਆ ਉੱਥੇ ਕਈ ਖੱਟੇ ਮਿੱਠੇ ਦਿਨ ਵੀ ਆਏ ਪਰ ਉੱਥੇ ਜਿਹੜਾ ਮੇਲਾ ਸੀ ਜਿਹੜੇ ਮੇਲੀ ਸੀ ਇੱਕ ਵਾਰੀ ਲੱਗਦਾ ਸੀ ਵੀ ਇੱਕ ਮਿੰਨੀ ਪੰਜਾਬ ਵਸ ਗਿਆ ਜੀ ਤੇ ਜਦੋਂ ਮੈਂ ਅਗਲੀ ਵਾਰੀ ਕਵਰ ਕਰਨ ਗਿਆ ਤਾਂ ਮੈਨੂੰ ਲੱਗਾ ਵੀ ਮਿੰਨੀ ਹਿੰਦੁਸਤਾਨ ਭਾਰਤ ਵਸ ਗਿਆ ਜੀ ਲੱਗਦਾ ਇਹ ਸੀ ਕਿ ਕਿਸਾਨ ਫਸ ਗਏ ਕਸੂਤੇ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਬਹੁਤ ਮਜ਼ਬੂਤ ਹੈ ਜੀ ਹੁਣ ਤੇ ਲੈ ਦੇ ਕੇ ਗੱਲ ਨਿਬੜੋ ਤੇ ਆਪਾਂ ਐਂਡ ਤੇ ਹੀ ਆ ਜੀਏ 19 ਨਵੰਬਰ 2021 ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਪੂਰਵ ਵਾਲੇ ਦਿਨ ਟੀਵੀ ਤੇ ਦਿਸੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਨੇ ਸੁਭਾਵਕ ਜਦੋਂ ਇਹ ਗੱਲ ਕਹਿਤੀ ਵੀ ਕੁਝ ਕਿਸਾਨਾਂ ਨੂੰ ਸਮਝਾਉਣ ਚਾਹੀ ਅਸਮਰਥ ਰਹੇ ਆ ਸਾਡੀ ਪ੍ਰਤੀਗਿਆ 'ਚ ਕਦੇ ਕਮਜ਼ੋਰੀ ਰਹਿ ਗਈ ਤੇ ਤਿੰਨ ਖੇਤੀ ਕਾਨੂੰਨ ਵਾਪਸ ਲੈਣਾ ਮੈਨੂੰ ਲੱਗਦਾ ਵੀ ਜਿਵੇਂ ਮੈਂ ਇਹ ਸੋਚ ਰਿਹਾ ਸੀ ਵੀ ਮੇਰੇ ਕੰਨਾਂ 'ਚ ਇਹ ਭੁਲੇਖਾ ਪਿਆ ਮੋਦੀ ਸਾਹਿਬ ਨੇ ਇਹ ਨਹੀਂ ਕਿਹਾ ਕਿਤੇ ਕੁਝ ਹੋਰ ਕਿਹਾ ਕਰੋੜਾਂ ਦੁਨੀਆ ਭਰ ਦੇ ਵਸਦੇ ਲੋਕਾਂ ਨੇ ਵੀ ਉਹਨੂੰ ਰਬਾਈਂਡ ਕਰਕੇ ਸੁਣਿਆ ਹੋਊਗਾ ਵੀ ਬਾਕੀ ਸੁਣਿਆ ਸਭ ਨੇ ਸੁਣਿਆ ਵੀ ਸੱਚੀ ਮੱਚੀ ਤਿੱਕਣਾ ਇਤਿਹਾਸਕ ਦਿਨ ਬਣ ਗਿਆ ਉਹ ਪੰਜਾਬ ਨੂੰ ਉਤਰਲੋਚਨ ਜੀ ਕਹਿੰਦੇ ਆ ਨਾ ਗੁਰੂਆਂ ਪੀਰਾਂ ਦੀ ਧਰਤੀ ਉਹ ਬਾਬੇ ਦੀ ਹੀ ਮਹਿਰ ਕਹਿੰਦੇ ਸ਼ਾਇਦ ਉਸ ਦਿਨ ਹੋ ਗਈ ਔਰ ਛੱਲੋ ਜਿਹੜੀ ਦੂਸਰੀ ਗੱਲ ਉਹ ਵੀ ਨਹੀਂ ਟੁੱਟਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਨਾਤਾ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦੇ ਇਹ 9 ਮਾਸ ਦਾ ਰਿਸ਼ਤਾ ਰਿਸ਼ਤਾ ਜੀ 9 ਮਾਸ ਦਾ ਰਿਸ਼ਤਾ ਉਹ ਵੀ ਤੜਕ ਕਰਕੇ ਟੁੱਟ ਗਿਆ ਬਿਲਕੁਲ ਮਤਲਬ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਦੇਖਿਆ ਵੀ ਨਹੀਂ ਖੇਤੀ ਕਾਨੂੰਨ ਜਿਹੜੇ ਨੇ ਕਿਸਾਨ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਫੇ ਅਸੀਂ ਕਿਹੜੇ ਢੰਗ ਨਾਲ ਕਹਿ ਸਕਦੇ ਆ ਵੀ ਮਨਜ਼ੂਰ ਕਰੋ ਸ਼੍ਰੋਮਣੀ ਅਕਾਲੀ ਦਲ ਨੇ ਨਾਤਾ ਵੀ ਤੋੜਿਆ ਤੇ ਜਿਹੜੇ ਮੰਤਰੀ ਸਨ ਹਰ ਸਿਮਰਤ ਕੋਰ ਬਾਦਲ ਉਹਨਾਂ ਨੇ ਬਾਜ਼ਾਰਤ ਚੋਂ ਬਾਹਰ ਵੀ ਆਏ ਸੋ ਇਹ ਬਹੁਤ ਵੱਡੀ ਇੱਕ ਹਿਸਟਰੀ ਕ੍ਰੀਏਟ ਹੋਈ 2021 ਚ ਇਹਦੇ ਤੇ ਭਾਵੇਂ ਤੁਸੀਂ 10 ਘੰਟੇ ਡਿਸਕਸ਼ਨ ਕਰ ਲਓ ਖਤਮ ਨਹੀਂ ਹੋਏ ਪਰ ਇਹ ਜਿਹੜੀ ਜਾਦ ਹੈ ਪੰਜਾਬੀਓ ਔਰ ਪੰਜਾਬ ਤੋਂ ਵਸਦੇ ਪੰਜਾਬੀ ਜਿਹੜੇ ਨੇ ਜਾਂ ਦੁਨੀਆ ਭਰ ਤੇ ਵਸਦੇ ਲੋਕ ਲਹਿਰ ਦੇ ਜਿਹੜੇ ਵਾਰਿਸ ਨੇ ਮੈਨੂੰ ਲੱਗਦਾ ਉਹਨੇ ਬਹੁਤ ਵੱਡੀ ਤਾਕਤ ਦਿੱਤੀ ਉਹਨਾਂ ਸਾਰੀਆਂ ਆਵਾਜ਼ਾਂ ਨੂੰ ਜੀ ਔਰ ਪੰਜਾਬ ਵੀ ਮੈਨੂੰ ਲੱਗਦਾ ਸ਼ਾਲੂ ਇਸ ਅੰਦੋਲਨ ਨੇ ਜੀਉਂਦਾ ਕਰਤਾ ਅੱਗੇ ਵਧਦੇ ਆ ਬਿਲਕੁਲ ਜੀ ਤਾਂ 9 ਮਾਰਚ ਦਾ ਰਿਸ਼ਤਾ ਤਾਂ ਜ਼ਰੂਰ ਟੁੱਟਿਆ ਇਸ ਸਿਆਸੀ ਤਮਾਕੇ ਦੇ ਨਾਲ ਪਰ ਸਿਆਸਤ ਦੇ ਵਿੱਚ 2021 ਦੇ ਵਿੱਚ ਕਈ ਹੋਰ ਵੀ ਵੱਡੇ ਪੁਚਾਲ ਆਏ ਨੇ ਕੈਪਟਨ ਅਮਰਿੰਦਰ ਸਿੰਘ ਸਿਆਸਤ ਦੇ ਮਾਹਰ ਦੱਸੇ ਜਾਂਦੇ ਨੇ ਉਹਨਾਂ ਦਾ ਤਖਤਾ ਪਲਟ ਦਿੱਤਾ ਗਿਆ ਬਹੁਤ ਵੱਡੀ ਘਟਨਾ ਜੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਵੀ ਇਹ ਗਾਂਧੀ ਪਰਿਵਾਰ ਦੇ ਨਜ਼ਦੀਕੀ ਨੇ ਬਹੁਤ ਪਰਿਵਾਰਕ ਰਿਸ਼ਤੇ ਨੇ ਇਹਨਾਂ ਦੇ ਬਿਲਕੁਲ ਮਰਹੂਮ ਦੇਸ਼ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਹੁਣਾਂ ਦੇ ਮਿੱਤਰ ਨੇ ਜੀ ਸੋਨੀਆ ਗਾਂਧੀ ਹੁਣਾਂ ਨਾਲ ਤਾਂ ਇਹਨਾਂ ਦੀ ਨਿੱਜੀ ਬਹੁਤ ਚੰਗੇ ਰਿਸ਼ਤੇ ਬਿਲਕੁਲ ਪਰਿਵਾਰਕ ਸਾਂਝ ਆ ਦੁੱਖ ਸੁੱਖ ਵੀ ਸਾਂਝ ਹੈ ਪਰ 18 ਸਤੰਬਰ ਨੂੰ ਸੋਨੀਆ ਗਾਂਧੀ ਹੁਣਾਂ ਦਾ ਫੋਨ ਆ ਗਿਆ ਵੀ ਕੈਪਟਨ ਸਾਫ ਬੱਸ ਤੁਹਾਡੀ ਪਾਰੀ ਖਤਮ ਜੀ ਬਿਸਤਰਾ ਗੋਲ ਕਰੋ ਪੰਜਾਬ ਰਾਜ ਭਵਨ ਜਾਓ ਤੇ ਅਸਤੀਫਾ ਦਿਓ ਜੀ ਲੱਗਦਾ ਹੈ ਵੀ ਨਹੀਂ ਹੋ ਸਕਦਾ ਉਹ ਕੈਪਟਨ ਜਿਹੜਾ ਲੱਗਦਾ ਹੈ ਪੰਜਾਬ ਦੀ ਸਿਆਸਤ ਚ ਇੱਕ ਚਟਾਨ ਹੈ ਜੀ ਬਿਲਕੁਲ ਮਿੰਟਾਂ ਚ ਕਿਰ ਗਈ ਕੁਝ ਹੀ ਪਲਾਂ ਦੇ ਵਿੱਚ ਪਤਾ ਹੀ ਨਹੀਂ ਚੱਲਿਆ ਮੀਟਿੰਗ ਆਈ ਮੀਟਿੰਗ ਬੁਲਾਈ ਗਈ ਤੇ ਅਸਤੀਫਾ ਉਧਰ ਪਹੁੰਚ ਗਿਆ ਔਰ ਇਹ ਵੀ ਕੁਦਰਤੀ ਦ੍ਰਿਸ਼ ਮੈਂ ਆਪਣੇ ਅੱਖੀ ਦੇਖਿਆ ਰਾਜ ਭਵਨ ਖੜੇ ਸੀ ਅਸੀਂ ਕਬਰ ਕਰਨ ਤੇ ਸ਼ਾਲੂ ਉਹ ਕੈਪਟਨ ਅਮਰਿੰਦਰ ਸਿੰਘ ਜਿਹਦੇ ਨੇੜੇ ਟੁਕਨ ਲਈ ਕਾਂਗਰਸੀਆਂ ਸਮੇਤ ਕਈ ਤਰ੍ਹਾਂ ਦੇ ਵੱਡੇ-ਵੱਡੇ ਤੁਲੰਤਰ ਜਿਹੜੇ ਸੀ ਜੀ ਭੱਜੇ ਹੁੰਦੇ ਸੀ ਵੀ ਕਿਤੇ ਉਹਨਾਂ ਨਾਲ ਸਾਡੀ ਫੋਟੋ ਹੋ ਜੇ ਤੇ ਅਖੀਰਲੇ ਟਾਈਮ ਉਹਨਾਂ ਦੀ ਧਰਮ ਪਤਨੀ ਪਰਨੀਤ ਕੌਰ ਜੀ ਪੁੱਤਰ ਰਣਿੰਦਰ ਟਿੰਕੂ ਤੇ ਉਹਨਾਂ ਦੇ ਭਰਾ ਤੇ ਇੱਕ ਦੋ ਇਦਾਂ ਦੇ ਸੱਜਣ ਮਿੱਤਰ ਸੀ ਜਿਹੜੇ ਸਾਰੇ ਸਾਥ ਛੱਡ ਗਏ ਜੀ ਉਹ ਅਸੀਫਾ ਦੇ ਕੇ ਆਏ ਦੇ ਨਾਲ ਦੀ ਨਾਲ ਸੀਐਲਪੀ ਦੀ ਮੀਟਿੰਗ ਸੀ ਉਹ ਮੰਤਰੀ ਤੇ ਜਿਹੜੇ ਵਿਧਾਇਕ ਸਾਹ ਨਹੀਂ ਲੈਂਦੇ ਸਿਸਮਾ ਫਾਰਮ ਹਾਊਸ ਹਾਜ਼ਰੀ ਲਵਾ ਕੇ ਜੀ ਧੰਤਨ ਹੋ ਜਾਂਦੇ ਸੀ ਬਿਲਕੁਲ ਉਹ ਜਮਾਂ ਹੀ ਅੱਖ ਫੇਰ ਗਏ ਬਿਲਕੁਲ ਤੇ ਇੱਕ ਲਾਈਨ ਦਾ ਮਤਾ ਸਾਰਿਆਂ ਨੇ ਅੰਗੂਠਾ ਲਾਤਾ ਵੀ ਕੈਪਟਨ ਸਾਹਿਬ ਨੇ ਹੁਣ ਨਵਾਂ ਮੁੱਖ ਮੰਤਰੀ ਹੋਊਗਾ ਅੱਛਾ ਮੁੱਖ ਮੰਤਰੀ ਨਵਾਂ ਜਿਹੜਾ ਬਣੂਗਾ ਉਹ ਵੀ ਬੜਾ ਸਵਾਦਲੀ ਗੱਲ ਸੀ ਉਹ ਵੀ ਜੀ ਬਿਲਕੁਲ ਤਰਲੋਚਨ ਜੀ ਕਿਸਮਤ ਦੀ ਪੁੜੀ ਕਹਿੰਦੇ ਆ ਨਾ ਬਚਪਨ ਚ ਉਹ ਕਿਸਮਤ ਪੁੜੀਆਂ ਪਟੀਆਂ ਹੁੰਨ ਜਾਂ ਸਭ ਨੇ ਤਾਂ ਉਹ ਸ਼ਾਇਦ ਇੱਕ ਕਿਸਮਤ ਪੁੜੀ ਨਿਕਲੀ ਨਵੇਂ ਮੁੱਖ ਮੰਤਰੀ ਜੀ ਦੇ ਲਈ ਪਰ ਉਸ ਤੋਂ ਪਹਿਲਾਂ ਜਿਹੜੀਆਂ ਤਿੰਨ ਪੁੜੀਆਂ ਸੀ ਕਿਸਮਤ ਦੀਆਂ ਖਾਲੀ ਗਈਆਂ ਉਹ ਕਿਤੇ ਫੜਾ ਤੇ ਦਿੱਤੀਆਂ ਪਰ ਖੁੱਲੀਆਂ ਨਹੀਂ ਬਿਲਕੁਲ ਹੋਇਆ ਕਿ ਵੀ ਸ਼ਾਇਦ ਹਾਈ ਕਮਾਂਡ ਨੂੰ ਇਹ ਸੀ ਵੀ ਕੈਪਟਨ ਸਾਹਿਬ ਨੂੰ ਤੇਹੀ ਲਾਤ ਆ ਫੋਨ ਕਰਕੇ ਜੀ ਮੁੱਖ ਮੰਤਰੀ ਵੀ ਸਾਡੀ ਮਰਜ਼ੀ ਦਾ ਬਣ ਜੂਗਾ ਬਿਲਕੁਲ ਪਰ ਹੋਇਆ ਇਹਦੇ ਉਲਟ ਸਭ ਤੋਂ ਪਹਿਲਾਂ ਗੱਲ ਆ ਗਈ ਵੀ ਸੁਨੀਲ ਜਾਖੜ ਜਿਨ੍ਹਾਂ ਨੂੰ ਗੱਦੀ ਤੋਂ ਲਾ ਕੇ ਤੇ ਨਵਜੋਤ ਸਿੰਘ ਸੱਦੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬੁਲਾਇਆ ਸੀ ਉਹਨਾਂ ਨੂੰ ਬਣਾ ਲਿਆ ਚੰਗਾ ਚਿਹਰਾ ਹੈ ਸਵਸ਼ ਚਿਹਰਾ ਹੈ ਜੀ ਮੈਂ ਨਿੱਜੀ ਤੌਰ ਤੇ ਪਸੰਦ ਕਰਦਾ ਵਧੀਆ ਪਰਸਨੈਲਿਟੀ ਹੈ ਕੁਝ ਘਾਟਾਂ ਵਾਦਾ ਹੋ ਸਕਦੀਆਂ ਨੇ ਉਹ ਵੱਖਰੀਆਂ ਗੱਲਾਂ ਨੇ ਜੀ ਇੱਕਦਮ ਖਬਰਾਂ ਫਲੈਸ਼ ਸੁਨੀਲ ਜਾਖੜ ਦਾ ਨਾਮ ਚੱਲ ਰਿਹਾ ਜੀ ਇਹ ਪੰਚਕੁਲੇ ਰਹਿੰਦੇ ਨੇ ਗੱਡੀਆਂ ਭੱਡੀਆਂ ਪੰਚਕੁਲੇ ਕਾਂਗਰਸੀਆਂ ਨੇ ਵੀ ਸਭ ਤੋਂ ਪਹਿਲਾਂ ਮੈਂ ਹਾ ਰੀ ਲਾਉਣੀ ਸਭ ਤੋਂ ਪਹਿਲਾਂ ਮੈਂ ਹਾ ਰੀ ਲਾਉਣੀ ਸੈਕਟਰ 35 ਚ ਬੁੱਕੇ ਤੇ ਫੁੱਲਾਂ ਦੀਆਂ ਦੁਕਾਨਾਂ ਨੇ ਉੱਥੇ ਲਾਲ ਬੱਤੀ ਵਾਲੀਆਂ ਕਾਰਾਂ ਦੀਆਂ ਲਾਈਨਾਂ ਲੱਗੀਆਂ ਬੁੱਕੇ ਲੈਣ ਵਾਲਿਆਂ ਦੀ ਸੁਨੀਲ ਜਾਖੜ ਉਹਨਾਂ ਨੂੰ ਬੁੱਕੇ ਦੇਣੇ ਨੇ ਕੋਈ ਲੱਡੂ ਲੈ ਕੇ ਜਾ ਰਿਹਾ ਕੋਈ ਬਰਫੀ ਲੈ ਕੇ ਜਾ ਰਿਹਾ ਤਕਰੀਬਨ ਹੋ ਗਿਆ ਵੀ ਬਣ ਕੇ ਜਾਖੜ ਸਾਹਿਬ ਪੰਜਾਬ ਦੇ ਮੁਖੀ ਪਰ ਇੱਕ ਖਬਰ ਆਈ ਇੱਕ ਵੱਡੇ ਕਾਂਗਰਸ ਲੀਡਰ ਨੇ ਦਿੱਲੀ 'ਚ ਬਿਆਨ ਦਿੱਤਾ ਵੀ ਹਿੰਦੂ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਜੀ ਫਿਰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਤਖਤਾ ਪਲਟਣ ਲਈ ਜੀ ਵੱਡੇ ਯਤਨ ਕੀਤੇ ਉਹਨਾਂ ਨਾਲ ਕਾਂਗਰਸੀ ਵਿਧਾਇਕ ਵੀ ਕਾਫੀ ਨੇ ਜੀ ਬਿਲਕੁਲ ਉਹਨਾਂ ਦੇ ਵੇੜੇ 'ਚ ਸੈਕਟਰ 39 ਤੇ ਡੇਰਾਬਾਬਨ ਨਾਨਕ ਉਹਨਾਂ ਦੇ ਪਿੰਡ ਪੰਗੜੇ ਪੈਣ ਲੱਪੇ ਲੱਡੂ ਵੀ ਖਵਾਉਂਦੇ ਔਰ ਕਈ ਕਾਂਗਰਸੀ ਜਿਹੜੇ ਵਿਚਾਰੇ ਭੱਜੇ ਗਏ ਸੀ ਪੰਚਕੁਲੇ ਗੱਡੀਆਂ ਭਜਾਈਆਂ ਰੰਦਾਵਾ ਸਾਹਿਬ ਵੱਲ ਕਾਰ ਆ ਗਈ ਮੈਂ ਉਸ ਸਮੇਂ ਜੀਤਰ ਲੋਚਨ ਜੀ ਮੈਂ ਵੀ ਖੁਦ ਉਸ ਸਮੇਂ ਕਵਰ ਕੀਤਾ ਸੁਹਾਨਾ ਸਾਹਿਬ ਗੁਰਦੁਆਰਾ ਸਾਹਿਬ ਕਹਿੰਦੇ ਆਣਾ ਹੈ ਜੀ ਨਵੇਂ ਮੁੱਖ ਮੰਤਰੀ ਰੰਦਾਵਾ ਜੀ ਨੇ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਤਨਾਤ ਕੀਤੀ ਗਈ ਮੈਂ ਖੁਦ ਉਹ ਚੀਜ਼ ਕਵਰ ਕੀਤੀ ਪਰ ਕੁਝ ਹੀ ਪਲਾਂ ਦੇ ਵਿੱਚ ਮੈਸੇਜ ਆਂਦਾ ਕਿ ਨਹੀਂ ਜੀ ਮੁੱਖ ਮੰਤਰੀ ਦਾ ਕੋਈ ਹੋਰ ਚਿਹਰਾ ਹੋਣੀ ਅੱਜ ਸੁਹਾਣਾ ਸਾਹਿਬ ਵੀ ਸ਼ਹਿਰ ਰਹੇ ਕਿ ਗੁਰਦੁਆਰੇ ਕਹਿੰਦੇ ਜਾਣਾ ਪਰ ਉਹ ਜਦੋਂ ਉਹਨਾਂ ਨੂੰ ਰਾਹ 'ਚ ਮੈਸੇਜ ਮਿਲ ਗਿਆ ਵੀ ਨਹੀਂ ਥਾੜੇ ਤੁਸੀਂ ਪੁੜੀ ਨਾ ਖੋਲਿਓ ਕਿ ਸਮਰਦੀ ਨਵਾਂ ਨਾਂ ਆ ਰਿਹਾ ਤੇ ਫਿਰ ਉਹ ਮੈਨੂੰ ਯਾਦ ਹੈ ਵਿਧਾਇਕ ਨੇ ਜੀਰਾ ਸਾਹਿਬ ਕੁਲਬੀਰ ਜੀ ਉਹਨਾਂ ਦੇ ਫਲੈਟ 'ਚ ਜਾ ਕੇ ਬੈਠ ਗਏ ਸੀ ਦਰਅਸਲ ਸੁਣਨ 'ਚ ਇਹ ਆਇਆ ਉਦੋਂ ਮੈਂ ਜੇ ਡਬਲੂ ਹੋਟਲ 'ਤੇ ਸੀ ਉੱਥੇ ਮੀਟਿੰਗ ਚੱਲ ਰਹੀ ਹੈ ਰੀਸ਼ ਸ਼ਰਾਵਰ ਸਨ ਉਦੋਂ ਕਾਂਗਰਸ ਦੇ ਇੰਚਾਰਜ ਤੇ ਹੋਰ ਮਾਕਨ ਸਾਹਿਬ ਅਜੇ ਮਾਕਨ ਆਏ ਸੀ ਉਹ ਇੱਕ ਸੀਨ ਦੇਖਿਆ ਵੀ ਨਵਜੋਤ ਸਿੱਧੂ ਬੜੀ ਤੇਜ਼ੀ ਨਾਲ ਉੱਥੋਂ ਨਿਕਲਦੇ ਜਾ ਰਹੇ ਨੇ ਮੂੰਹ ਨਾ ਵੈਸੇ ਲਾਲ ਹੁੰਦਾ ਉਦੋਂ ਜਿਆਦਾ ਹੀ ਲਾਲ ਸੀ ਜੀ ਮੈਂ ਤਾਂ ਗੁੱਸੇ ਚ ਗਈ ਲੱਗਦਾ ਸੀ ਵੀ ਗੁੱਸੇ ਚ ਜੀ ਫਿਰ ਹੌਲੀ ਹੌਲੀ ਪਤਾ ਲੱਗਾ ਵੀ ਨਵਜੋਤ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਸਿੱਖ ਜਾਟੀ ਮੁੱਖ ਮੰਤਰੀ ਬਣਾਉਣਾ ਜੀ ਫਿਰ ਸੁਖੀ ਰੰਧਾਵਾ ਕਿਉਂ ਫਿਰ ਸ਼ੈਰੀ ਸਿੱਧੂ ਕੋਈ ਕਿਉਂ ਨਹੀਂ ਫਿਰ ਨਵਜੋਸ਼ ਸਿੱਧੂ ਕਿਉਂ ਨਹੀਂ ਬਣ ਸਕਦਾ ਸੋ ਉਹ ਪਤਾ ਲੱਗਾ ਵੀ ਇੱਥੇ ਫਿਰ ਟਕਰਾਜ ਆ ਪੈਦਾ ਹੋ ਗਿਆ ਹਾਈ ਕਮਾਂਡ ਨੂੰ ਲੱਗਾ ਵੀ ਇਹ ਪੰਗਾ ਹੀ ਨਾ ਪੈ ਜੇ ਕੈਪਟਨ ਸਾਹਿਬ ਨੂੰ ਲਾ ਕੇ ਤੇ ਖਲਾਰਾ ਪਾਲਿਆ ਪਟਾਰਾ ਖੁੱਲ ਗਿਆ ਤੇ ਫਿਰ ਜਿਵੇਂ ਤੁਸੀਂ ਦੱਸਿਆ ਕਿਸਮਤ ਦੀ ਪੁੜੀ ਚੰਨੀ ਸਾਹਿਬ ਦੇ ਖੁੱਲ ਗਈ ਦਲਤ ਚਿਹਰੇ ਕਰਕੇ ਜੀ ਔਰ ਚੰਨੀ ਸਾਹਿਬ ਨੇ ਖੁਦ ਕਿਹਾ ਵੀ ਜਦੋਂ ਰਾਹੁਲ ਗਾਂਧੀ ਹੋਣਾ ਮੈਨੂੰ ਫੋਨ ਕਰਕੇ ਗਿਆ ਵੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਰਿਹਾ ਜੀ ਤੇ ਅੱਖਾਂ 'ਚ ਆਪਣੇ ਆਪ ਹੀ ਨੀਰ ਉਤਰ ਆਇਆ ਜੀ ਤੇ ਉਹਨਾਂ ਨੇ ਕਿਹਾ ਕਿ ਹੋਰ ਨੂੰ ਬਣਾ ਦੋ ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਬਿਲਕੁਲ ਉਹਨਾਂ ਨੇ ਸ਼ਾਇਦ ਕਦੀ ਖੁਆਬ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਮੁੱਖ ਮੰਤਰੀ ਔਰ ਚਰਨਜੀਤ ਸਿੰਘ ਚੰਨੀ ਦਾ ਨਾਮ ਆਏਗਾ ਬਿਲਕੁਲ ਸੋ ਮੁੱਖ ਮੰਤਰੀ ਚਰਨਜੀਤ ਚੰਨੀ ਬਣ ਗਏ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਯੁੱਗ ਖਤਮ ਖਤਮ ਕਰਤਾ ਬਿਲਕੁਲ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਸਿਆਸੀ ਸਿਆਸਤਦਾਨ ਨੇ ਵੱਡੇ ਮਾਹਰ ਨੇ ਉਹਨਾਂ ਨੇ ਵੀ ਹਾਰ ਨਹੀਂ ਮੰਨੀ ਹਾਲਾਂਕਿ ਜੇਕਰ ਅਸੀਂ ਗੱਲ ਕਰੀਏ 220 ਦੀ ਤਾਂ ਇੱਕ ਬਿਆਨ ਦਿੱਤਾ ਸੀ ਕੈਪਟਨ ਸਾਹਿਬ ਨੇ ਕਿ ਮੈਂ ਹੁਣ ਇਹ ਮੇਰਾ ਆਖਰੀ ਦੌਰ ਹੈ ਸਿਆਸਤ ਛੱਡ ਦਾਂਗਾ ਹੂੰ ਹੂੰ ਪਰ ਜਦੋਂ ਤਲਖੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਵਧੀ ਤਾਂ ਉਹਨਾਂ ਨੇ ਸ਼ਾਇਦ ਫਿਰ ਬਿਆਨ ਦਿੱਤਾ ਕਿ ਨਹੀਂ ਲੋਕ ਚਾਹੁੰਦੇ ਨੇ ਕਿ ਮੈਂ ਸਿਆਸਤ ਅੱਗੇ ਕਰਦਾ ਰਾਂ ਤਾਂ ਮੈਂ 2022 ਦੇ ਚੋਣਾਂ ਲੜਾਂਗਾ ਹੂੰ ਹੂੰ ਤੇ ਇੱਕ ਨਵੀਂ ਪਾਰਟੀ ਬਣਾ ਲਈ ਉਹਨਾਂ ਨੇ ਹਾਂ ਇਹ 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 ਬੜਾ ਇਹ ਵੀ ਬੜੀ ਰੋਚਕ ਗੱਲ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਉਹ ਪਹਿਲੋਂ ਕਾਂਗਰਸੀ ਸੀ ਕਾਂਗਰਸੀ ਜੀ ਫਿਰ ਉਹ 1984 ਚ ਸ਼੍ਰੀ ਹਰਮਨਦਰ ਸਾਹਿਬ ਦਾ ਜਿਹੜਾ ਉੱਥੇ ਅਟੈਕ ਹੋਇਆ ਸੀ ਉਦੋਂ ਕਾਂਗਰਸ ਸਰਕਾਰ ਸੀ ਮਰਹੂਮ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ ਤੇ ਉਹਨਾਂ ਨੇ ਅਸਿਫਾ ਦਿੱਤਾ ਸੀ ਰੋਸ ਹੋਜੋ ਫਿਰ ਉਹ ਅਕਾਲੀ ਦਲ ਚ ਥੋੜਾ ਜਿਹਾ ਰਹੇ ਦੁਬਾਰਾ ਫਿਰ ਕਾਂਗਰਸ ਚ ਆ ਗਏ ਮੁੱਖ ਮੰਤਰੀ ਵੀ ਦੁਵਾਰੀ ਬਣੇ ਦੋਵਾਰੀ ਪ੍ਰਧਾਨ ਬਣੇ ਜੀ ਉਹਨਾਂ ਨੇ ਸ਼ੈਲੂ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੇ ਤੋ ਲਾਤਾ ਜੀ ਤੇ ਉਹਨਾਂ ਨੇ ਕਾਫੀ ਦਬਕੇ ਦੁਬਕੇ ਮਾਰੇ ਪਰ ਉਹ ਗੱਲ ਨਹੀਂ ਦਿਖਾ ਸਕੇ ਉਹ ਤਾਕਤ ਜਿਹੜੀ ਸਾਨੂੰ ਵੀ ਲੱਗਦਾ ਹੈ ਵੀ ਦਿਖਾਉਣਗੇ ਕਿਉਂਕਿ ਦੇਖੋ ਇੰਨਾ ਲੰਬਾ ਟਾਈਮ ਕਾਂਗਰਸ ਚ ਰਾਜ ਕਰਨਾ ਦੋ ਵਾਰੀ ਪ੍ਰਧਾਨ ਰਹਿਣਾ ਦੋ ਵਾਰੀ ਮੁੱਖ ਮੰਤਰੀ ਰਹਿਣਾ ਪਰ ਕਾਂਗਰਸ ਦਾ ਸ਼ਾਇਦ ਕਲਚਰ ਹੈ ਵੀ ਉਹ ਕਾਫੀ ਨੇੜੇ ਤੋਂ ਨੇੜੇ ਵਾਲੇ ਵੀ ਮੂੰਹ ਮੋੜ ਗਏ ਬਿਲਕੁਲ ਸੋ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ ਇਹ ਬੜਾ ਰੋਚਕ ਬੜਾ ਪਰੇਸ਼ਾਨ ਕਰਨ ਵਾਲਾ ਤੇ ਹੈਰਾਨ ਕਰਨ ਵਾਲਾ ਕਿਉਂਕਿ ਕਾਂਗਰਸ ਇੱਕ ਮੁੱਖ ਵਿਰੋਧੀ ਪਾਰਟੀ ਹੈ ਔਰ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਵੱਖਰੇ ਰੂਪ ਵਿੱਚ ਦੇਖਿਆ ਜਾਂਦਾ ਹੈ ਜੀ ਇਨੂੰ ਕਿਹਾ ਜਾਂਦਾ ਸੈਕੂਲਰ ਪਾਰਟੀ ਔਰ ਕਾਂਗਰਸ ਦੋਸ਼ ਲਾਉਂਦੀ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਪਾਰਟੀ ਹੈ ਜੀ ਇਹ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ ਬਿਲਕੁਲ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਕਾਂਗਰਸ ਦਾ ਨੈਸ਼ਨਲ ਲੈਵਲ ਦਾ ਵੱਡਾ ਮੁਖ ਸੀ ਚਿਹਰਾ ਸੀ ਉਹਦਾ ਭਾਰਤੀ ਜਨਤਾ ਪਾਰਟੀ ਵਿੱਚ ਜਾਣਾ ਔਰ ਹੁਣ ਇਹ ਡਿਸਾਈਡ ਕਰ ਲੈਣਾ ਵੀ ਉਹ ਬੀਜੇਪੀ ਨਾਲ ਗੱਠਜੋੜ ਕਰਕੇ ਜਿਹੜੀ ਆਪਣੀ ਉਹਨਾਂ ਨੇ ਪਾਰਟੀ ਬਣਾਈ ਹੈ ਜੀ ਪੰਜਾਬ ਲੋਕ ਕਾਂਗਰਸ ਵੀ ਉਹਦੇ ਨਾਲ ਚੋਣ ਮਤਾਂ ਚਾਉਣਾ ਇਹ 2021 ਦੀ ਬਹੁਤ ਇੱਕ ਰੋਚਕ ਤੇ ਵੱਡੀ ਘਟਨਾ ਹੈ ਜੀ ਬਿਲਕੁਲ ਤਾਂ ਇਸ ਦੇ ਨਾਲ ਹੀ ਜੇਕਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਕਰੀਏ ਤਰਲੋਚਨ ਜੀ ਤਾਂ ਅਕਾਲੀ ਦਲ ਦੇ ਕਈ ਟਕਸਾਲੀਆਂ ਨੇ ਜਿਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ ਮਤਪੇਦਾ ਦੇ ਚੱਲਦੇ ਆ ਉਹ ਵੀ ਵਿਖਰ ਗਏ ਇਕੱਠੇ ਹੋਏ ਸੀ ਪ੍ਰੈਸ ਕਾਨਫਰੰਸਾਂ ਵੀ ਵੇਖਿਆ ਸਭ ਨੇ ਉਹਨਾਂ ਨੂੰ ਇਕੱਠਿਆ ਕਰਦੇ ਆ ਪਰ ਉਹ ਫਿਰ ਵਿਖਰ ਗਏ ਚਾਹੇ ਫਿਰ ਉਹ ਰঞ্জੀਤ ਸਿੰਘ ਬਰਮਪੂਰਾ ਹੋਣ ਸੇਵਾ ਸਿੰਘ ਸੇਖਵਾ ਜੋ ਹੁਣ ਅਕਾਲ ਚਲਾਣਾ ਜ਼ਰੂਰ ਕਰ ਗਏ ਨੇ ਤੇ ਜਾਂ ਫਿਰ ਢੀਂਟ ਸਾਹਿਬ ਹੋਰੀ ਹੋਣ ਬਿਲਕੁਲ ਛਲੂ ਇਹ ਵੀ ਬੜਾ ਰੋਚਕ ਹੈ ਸ਼ਰੋਮਨੀ ਅਕਾਲੀ ਦਲ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਹਮਨਾਵਲੋਂ ਛੱਡ ਕੇ ਜਾਣਾ ਸੁਖਦੇਵ ਸਿੰਘ ਢੀਂਟ ਸਾਹਿਬ ਹਮਨਾਵਲੋਂ ਛੱਡ ਕੇ ਜਾਣਾ ਮਰਹੂਮ ਜਿਹੜੇ ਚਲਾਣਾ ਕਰਕੇ ਨੇ ਦੱਸਿਆ ਤੁਸੀਂ ਸੇਖਵਾ ਸਾਹਿਬ ਜੀ ਇਸੇ ਤਰ੍ਹਾਂ ਹੋਰ ਕਈ ਲੀਟਰ ਜਿਹੜੇ ਛੱਡ ਕੇ ਚਲ ਗਏ ਸੀ ਔਰ ਇੱਕ ਵਾਰੀ ਲੱਗਦਾ ਸੀ ਵੀ ਕਿਉਂਕਿ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਣ ਬੜੀ ਬਿਰਧ ਅਵਸਥਾ ਵਿੱਚ ਨੇ ਸ਼ਾਇਦ ਉਹ ਇਲੈਕਸ਼ਨ ਵੀ ਲੜਨ ਕੇ ਨਾ ਲੜਨ ਉਹ ਸੁਖਬੀਰ ਸਿੰਘ ਬਾਦਲ ਓਵਰ ਆਲ ਇਹਦੀ ਅਗਵਾਈ ਕਰ ਰਹੇ ਨੇ ਜਾਂ ਪੁਰਾਣੇ ਲੀਡਰਾਂ ਵਿੱਚੋਂ ਬਲਵਿੰਦਰ ਸਿੰਘ ਭੁੰਦਰੜ ਜਿਹੜੇ ਨੇ ਕੇਵਲ ਉਹੀ ਨੇ ਜਾਂ ਤੋਤਾ ਸਿੰਘ ਜਿ세 ਦਾ ਤੋਤਾ ਸਿੰਘ ਬਾਕੀ ਕਹਿ ਸਕਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਵ ਨੇ ਪਰ ਮੁੱਖ ਤੌਰ ਤੇ ਜਿਹੜੇ ਲੀਡਰ ਪਰੇ ਆ ਗਏ ਸੀ ਬੜੀ ਲੱਗਦਾ ਏ ਸੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਇੱਕ ਚੁਣੌਤੀ ਹੈ ਕਿਉਂਕਿ ਭਾਜਪਾ ਨਾਲੋਂ ਵੀ ਨਾਤਾ ਤੋੜ ਲਿਆ ਵੱਡੇ ਜਿਹੜੇ ਅਕਾਲੀ ਜਿਨ੍ਹਾਂ ਨੂੰ ਟਕਸਾਲੀ ਲੀਡਰ ਦੇ ਰੂਪ ਵਿੱਚ ਪੰਜਾਬ ਦੇ ਲੋਕ ਜਾਣਦੇ ਨੇ ਉਹ ਵੀ ਛੱਡ ਕੇ ਚੱਲ ਗਏ ਫਿਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇੱਕ ਸਿਆਸੀ ਦਾਅ ਖੇਡਿਆ ਮੈਨੂੰ ਲੱਗਦਾ ਉਹ ਭਾਵੇਂ ਜਰਨ ਦੀ ਚੰਨੀ ਹੁਣਾਂ ਦੇ ਬਰਨ ਨਾਲ ਥੋੜਾ ਜਿਹਾ ਅੱਗੇ ਨਾਲੋਂ ਮੱਧਮ ਪਿਆ ਲੱਗਦਾ ਇੱਕ ਦਲਤ ਚਿਹਰਾ ਮੁੱਖ ਮੰਤਰੀ ਦਾ ਬਣਾ ਦਿੱਤਾ ਕਾਂਗਰਸ ਨੇ ਪਰ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠ ਜੋੜ ਕਰ ਲਿਆ। ਬਿਲਕੁਲ। ਉਦੋਂ ਇਹ ਲੱਗਦਾ ਸੀ ਵੀ ਸੁਖਬੀਰ ਹਣੀ ਇੱਕ ਚੰਗੀ ਸਿਆਸੀ ਗੇਮ ਖੇਡ ਕੇ ਕਿਉਂਕਿ ਬਸਫਾ ਦਾ ਇੱਕ ਆਪਣਾ ਆਧਾਰ ਹੈ। ਅ ਪਾਵੇਂ ਉਹ ਇਕੱਲੇ ਜਦੋਂ ਇਲੈਕਸ਼ਨ ਲੜੇ ਤਾਂ ਬਹੁਤ ਘੱਟ ਵੋਟਾਂ ਹਾਸਲ ਕਰਦੀ ਪਰ ਜਦੋਂ ਅਕਾਲੀ ਦਲ ਵਰਗੀ ਵੱਡੀ ਪਾਰਟੀ ਦਾ ਚੋਣ ਲੜੇ ਤੇ ਫਿਰ ਅਸਾਰ ਬਣ ਜਾਂਦੇ ਨੇ ਵੀ 8 10 12% ਤੱਕ ਵੋਟਾਂ ਲਿਜਾ ਸਕਦੀ ਹੈ ਜੀ ਸੋ ਉਹਨਾਂ ਨੇ ਉਹਦੇ ਨਾਲ ਗੱਠਜੋੜ ਕਰ ਲਿਆ ਪਰ ਜਿਹੜੀ ਰੋਚਕ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਜੇ ਉਹ ਇਹ ਹੈ ਵੀ ਪਹਿਲੋਂ ਇਕਸਾਲੀ ਅਕਾਲੀ ਦਲ ਬਣਾਇਆ ਜਿਹੜੇ ਬਾਦਲ ਦਾਲ ਚੋਂ ਨਿਕਲੇ ਸੀ ਫਿਰ ਸੁਖਦੇਵ ਸਿੰਘ ਢੀਂਡ ਸਾਹ ਹਣੀ ਵੀ ਬਾਹਰ ਆ ਗਏ ਤੇ ਫਿਰ ਬ੍ਰਹਮਪੁਰਾ ਸਾਹਿਬ ਤੇ ਢੀਂਡ ਸਾਹਿਬ ਨੇ ਬੜਾ ਕਮਾਲ ਦਾ ਸੰਯੁਕਤ ਅਕਾਲੀ ਦਲ ਬਣਾਇਆ ਇਹਦੀ ਇੱਕ ਵਾਰੀ ਲਹਿਰ ਜੀ ਲੱਗੀ ਵੀ ਹੁਣ ਤੇ ਸ਼੍ਰੋਮ ਅਕਾਲੀ ਦਲ ਬਾਦਲ ਜਿਹੜਾ ਆ ਉਹਨੂੰ ਇਹ ਨੁਕਰੇ ਲਾ ਸਕਦੇ ਨੇ ਪਰ ਖਿੰਡ ਗਿਆ ਜੀ ਰਣਜੀਤ ਸਿੰਘ ਬ੍ਰਹਮਪੁਰਾ ਹੁਣੀ ਵਾਪਸ ਆ ਗਏ ਇਸੇ ਤਰ੍ਹਾਂ ਬਡਾਲੀ ਸਾਹਿਬ ਜਿਸ ਤਰ੍ਹਾਂ ਬਡਾਲੀ ਨੇ ਜਗਤ ਸਿੰਘ ਬਡਾਲੀ ਉਹ ਵੀ ਵਾਪਸ ਆ ਗਏ ਔਰ ਇਸੇ ਤਰ੍ਹਾਂ ਆ ਉਹ ਤੇ ਚਲੋ ਅਕਾਲੀ ਦਲ ਬਾਦਲ ਚ ਨਹੀਂ ਸਨ ਪਹਿਲਾਂ ਅ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨਾਲ ਕੁਝ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਗੈਰਾ ਜਿਹੜੇ ਗਏ ਸੀ ਉਹ ਵਾਪਸ ਆ ਗਏ ਉਹ ਢੀਂਟਾ ਸਾਹਿਬ ਕੋਲ ਵਿਕਲਪ ਬਦਲ ਇੱਕੋ ਹੀ ਰਿਹਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੱਲਾ ਫੜਿਆ ਭਾਰਤੀ ਜਨਤਾ ਪਾਰਟੀ ਦਾ ਇਸੇ ਤਰ੍ਹਾਂ ਉਹਨਾਂ ਨੇ ਢੀਂਟਾ ਸਾਹਿਬ ਨੇ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਪੱਲਾ ਫੜ ਕੇ ਹੁਣ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਇਹ ਗੱਠਜੋੜ ਬਣਿਆ ਮੈਂ ਨਾ ਤਾਂ ਲੈ ਰਿਆ ਵੀ ਲੋਕ ਕਾਂਗਰਸ ਨੂੰ ਕੋਈ ਨਹੀਂ ਜਾਣਦਾ ਫਿਲਹਾਲ ਕੈਪਟਨ ਸਾਹਿਬ ਨੂੰ ਜਾਣਦੇ ਆ ਉਹ ਸੰਯੁਕਤ ਅਕਾਲੀ ਦਲ ਨੂੰ ਬਹੁਤਾ ਨਹੀਂ ਫੇਮ ਹੋਇਆ ਇਹ ਸੁਖਦੇਵ ਸਿੰਘ ਢੀਂਡਸਾ ਦਾ ਗੱਠਜੋੜ ਹੀ ਮੰਨਿਆ ਜਾਊਗਾ ਸੋ ਇੱਕ ਇਹ 2021 ਚ ਇੱਕ ਨਵਾਂ ਗੱਠਜੋੜ ਉੱਭਰ ਕੇ ਸਾਹਮਣੇ ਆਇਆ ਜੀ ਬਿਲਕੁਲ ਤਾਂ ਇਸੇ ਤਰ੍ਹਾਂ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ ਤਾਂ ਜਿਹੜਾ ਛਾੜੂ ਕਿਤੇ ਨਾ ਕਿਤੇ ਖਿੰਡਿਆ ਵੀ ਹੈ ਹਾਲਾਂਕਿ ਉਹਨਾਂ ਨੇ ਸਮੇਟਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਹੈ ਕਈ ਮੌਜੂਦਾ ਵਿਧਾਇਕ ਹੀ ਨਰਾਜ਼ ਚੱਲ ਰਹੇ ਨੇ ਪਾਰਟੀ ਤੋਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਚਾਹੇ ਅਸੀਂ ਗੱਲ ਕਰੀਏ ਰੁਪਿੰਦਰ ਕੋਰ ਰੁੱਬੀ ਦੀ ਗੱਲ ਕਰੀਏ ਜਗਤਾਰ ਜੱਗਾ ਉਹਨਾਂ ਦੀ ਗੱਲ ਕਰੀਏ ਹੂੰ ਹੂੰ ਬਿਲਕੁਲ ਸ਼ੈਲੂ ਇਹ ਆਮ ਆਦਮੀ ਪਾਰਟੀ ਦਾ ਇੱਕ ਦੁਖਾਂਤ ਹੈ ਇੱਕ ਕਮਜ਼ੋਰੀ ਹੈ ਜੀ ਮੈਂ ਸਮਝਦਾ ਵੀ ਜੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੋਰ ਵਿਸ਼ਾਲਤਾ ਨਾਲ ਵਿਚਰਦੀ ਜੀ ਤੇ ਪੰਜਾਬ ਵਿੱਚ ਜਿਹੜਾ ਬਹੁਤ ਵੱਡਾ ਖਲਾਅ ਹੈ ਪੰਜਾਬ ਦੇ ਲੋਕ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਬਹੁਤ ਸਿਆਣੇ ਕਰਤਾ ਖਾਸ ਕਰਕੇ ਕਿਸਾਨੀ ਅੰਦੋਲਨ ਨੇ ਬਹੁਤ ਸਿਆਣੇ ਕਰ ਦਿੱਤਾ ਔਰ ਪੰਜਾਬ ਦੇ ਲੋਕਾਂ ਵਿੱਚ ਰਵਾਈਟੀ ਪਾਰਟੀਆਂ ਜਿਹੜੀਆਂ ਨੇ ਅਕਾਲੀ ਦਲ ਹੋ ਸਕਦਾ ਕਾਂਗਰਸ ਹੋ ਸਕਦੀ ਬੀਜਪੀ ਹੋ ਸਕਦੀ ਉਹਦੇ ਵਿੱਚ ਕਿਤੇ ਕਿਤੇ ਨਾ ਕਿਤੇ ਗਿਲੇ ਸ਼ਿਕਵੇ ਬਹੁਤ ਨੇ ਰੋਸ ਬਹੁਤ ਆ ਵੀ ਇਹਨਾਂ ਨੇ ਯਾਰ ਸਾਨੂੰ ਕੀ ਦਿੱਤਾ ਨਾ ਬੇਜ਼ਗਾਰੀ ਦੂਰ ਕੀਤੀ ਨਾ ਡਰੱਗ ਦੂਰ ਕੀਤੀ ਆ ਵੱਡੀ ਗੱਲ ਜਿਹੜੀ ਸਿਆਣੇ ਲੋਕ ਜਿਹੜੇ ਨੇ ਪੰਜਾਬ ਦੇ ਬੁੱਧੀਜੀਵੀ ਕਹਿ ਲਿਆ ਜਿਹੜੇ ਮਾੜੇ ਮੋਟੀ ਸੋਚ ਰੱਖਦੇ ਆ ਉਹਨਾਂ ਨੂੰ ਬਹੁਤ ਵੱਡੀ ਚਿੰਤਾ ਆ ਵੀ ਪੰਜਾਬ ਦਾ ਜੂਸ ਜਿਹੜਾ ਸਾਰਾ ਬਾਹਰ ਜਾ ਰਿਹਾ ਸਾਡਾ ਸਰਮਾਇਆ ਬਾਹਰ ਜਾ ਰਿਹਾ ਕਿਉਂਕਿ ਜੇ ਜੂਤ ਬਾਹਰ ਚੱਲ ਗਿਆ ਤੇ ਉਹ ਸਰਮਾਇਆ ਵੀ ਜਾਣਾ ਹੀ ਹੈ ਕਿਉਂਕਿ ਇੱਕ ਦੇ ਇੱਕ ਸੰਭਲ ਵਾਲਾ ਕੋਈ ਨਹੀਂ ਹੋਇਆ ਇਹ ਇੱਕ ਛਾਲੂ ਪੜ੍ਹਾਈ ਲਈ ਕਿੰਨਾ ਸਰਮਾਇਆ ਕਰੋੜਾਂ ਅਰਬਾਂ ਰੁਪਏ ਸਾਡੇ ਬਾਹਰ ਜਾ ਰਹੇ ਆ ਤੇ ਦੂਸਰਾ ਹੁਣ ਪਹਿਲੋਂ ਨਾਲੋਂ ਉਲਟ ਹੋ ਗਿਆ ਪਹਿਲੋਂ ਕੀ ਸੀ ਕਿ ਇਹ ਪਿੰਡ ਦਾ ਕੋਈ ਇੱਕ ਬੰਦਾ ਵੀ ਕੈਨੇਡਾ ਅਮਰੀਕਾ ਜਾਂਦਾ ਸੀ ਤੇ ਉਸ ਘਰ ਦੀਆਂ ਇੱਟਾਂ ਦੇਖ ਕੇ ਪਤਾ ਲੱਗ ਜਾਂਦਾ ਸੀ ਬੜੀਆਂ ਸੋਹਣੀਆਂ ਵੀ ਇਹ ਦੇਖੋ ਜੀ ਇਹ ਕੈਨੇਡੀਅਨ ਦਾ ਘਰ ਆ ਕਾਰਨ ਕੀ ਹੈ ਬੱਚਾ ਜਾਂ ਕਿਹੇ ਘਰ ਦਾ ਜੀ ਬਾਹਰ ਜਾਂਦਾ ਸੀ ਤੇ ਉਹ ਉੱਥੋਂ ਡਾਲਰਾਂ ਦੀ ਵਰਖਾ ਆਪਣੇ ਪਿੰਡ ਆਪਣੇ ਘਰ ਕਰਦਾ ਸੀ ਜੀ ਹੁਣ ਉਲਟ ਹੋ ਗਿਆ ਹੁਣ ਮਾਪੇ ਸੋਚਦੇ ਆ ਕਿ ਸਾਡੇ ਬੱਚੇ ਬਾਹਰ ਜਾਣ ਪੰਜਾਬ ਚ ਤੇ ਸੁਰੱਖਿਤ ਨਹੀਂਗੇ ਜੀ ਫਿਰ ਇੱਥੇ ਆਪਣੇ ਘਰ ਖੇਤ ਵੇਚ ਕੇ ਉਧਰ ਪੈਸੇ ਦੇ ਰਹੇ ਵੀ ਤੁਸੀਂ ਉੱਥੇ ਘਰ ਬਣਾ ਕੇ ਰਹੋ ਜੀ ਸਾਡੀ ਜਵਾਨੀ ਵੀ ਚੱਲ ਗਈ ਨਵਾਂ ਜੂਥ ਨਵੀਂ ਪੀੜੀ ਵੀ ਤੇ ਸਾਡਾ ਪੈਸਾ ਵੀ ਚੱਲ ਗਿਆ ਬਿਲਕੁਲ ਔਰ ਇਸ ਤੋਂ ਇਲਾਵਾ ਜਿਹੜੀ ਵੱਡਾ ਡਰ ਜਿਹੜਾ ਚਿੰਤਾਬਾਰੀ ਵੀ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਆ ਉਹ ਪੌਣੇ 3 ਲੱਖ ਕਰੋੜ ਆ ਸ਼ਾਇਦ ਇਹ ਕਿਹਾ ਜਾਂਦਾ ਵੀ ਜਦੋਂ ਇਹ ਸਰਕਾਰ ਜਾਬਤਾ ਲੱਗੂਗਾ ਸਰਕਾਰ ਜਾਊਗੀ ਨਵੀਂ ਆਊਗੀ ਤੇ 3 ਲੱਖ ਕਰੋੜ ਤੋਂ ਵੱਧ ਜਾਣਾ ਕੌਣ ਲਾਊਗਾ ਉਹ ਉਹ ਕਰਜ਼ਾ ਅਸੀਂ ਕਹਿ ਰਹੇ ਨੇ ਉਹ ਸਰਕਾਰ ਕਰਜ਼ਾਈ ਨਹੀਂਗੀ ਉਹ ਪੰਜਾਬ ਦੇ 3 ਕਰੋੜ ਪੰਜਾਬੀ ਕਰਜ਼ਾਈ ਨੇ ਜੀ ਉਹਦੀ ਦੇਣਦਾਰੀ ਕਿਤੇ ਸਾਨੂੰ ਇਕੱਲੇ ਇਕੱਲੇ ਨੂੰ ਦੇਣੀ ਪੈਣੀ ਹੈ ਕਿਉਂਕਿ ਖਰਿਆਨੇ 'ਚ ਪੈਸੇ ਕਿੱਥੋਂ ਆਉਣੇ ਨੇ ਜੀ ਕੈਨੇਡਾ ਤੋਂ ਆਉਣੇ ਆ ਅਮਰੀਕਾ ਤੋਂ ਆਉਣੇ ਪਾਕਿਸਤਾਨ ਤੋਂ ਆਉਣੇ ਆ ਇਹ ਸ਼ਾਲੂ ਦੀ ਜੇਬ 'ਚ ਆਉਣੇ ਆ ਜਾਂ ਇਹ ਜਿਹੜੇ ਹੋਰ ਵੀ ਸਾਡੇ ਪੰਜਾਬ ਦੇ ਲੱਖਾਂ ਲੋਕ ਨੇ ਉਹਨਾਂ ਦੇ ਟੈਕਸ ਨਾਲ ਹੀ ਆਉਣੇ ਨਾ ਉੱਥੇ ਹੀ ਆਉਣੇ ਆ ਸੋ ਇਸ ਕਰਕੇ ਲੋਕ ਨਿਰਾਸ਼ ਸੀ ਔਰ ਆਮ ਆਦਮੀ ਪਾਰਟੀ ਦੇ ਵੀ ਵਿੱਚੋਂ ਜਿਹੜੇ ਨੌ ਐਮਐਲਏ ਨੇ ਉਹਨਾਂ ਦਾ ਛੱਡ ਛੱਡ ਕੇ ਚਲੇ ਜਾਣਾ ਸੁਖਪਾਲ ਖਿਆਲਾ ਚਲੋ ਸ਼ੁਰੂ ਤੋਂ ਨਰਾਜ਼ ਸਨ ਅ ਨਾਜਬ ਸਿੰਘ ਮਾਨਸ਼ਾਇਆ ਵੀ ਪਹਿਲੋਂ ਚਲ ਗਏ ਚਲੋ ਮੰਨ ਲੈਨੇ ਔਰ ਜਿਹੜੇ ਹੁਣ ਨਵੇਂ-ਨਵੇਂ ਗਏ ਨੇ ਜਗਤਾਰ ਜੱਗਾ ਗਏ ਨੇ ਰੁਪਿੰਦਰ ਰੂਬੀ ਗਈ ਹੈ ਇਸੇ ਤਰ੍ਹਾਂ ਕਮਾਲੂ ਸਾਹਿਬ ਜਗਦੇ ਕਮਾਲੂ ਗਏ ਨੇ ਪਿਰਮਲ ਸਿੰਘ ਗਏ ਨੇ ਸੋ ਇਹ ਸਾਰੇ ਜਿਹੜੇ ਅੱਛਾ ਖਾਸ ਕਰਕੇ ਇਨਾ ਵਧੀਆ ਚਿਹਰਾ ਜਿਹੜਾ ਸੀ ਐਚਐਸ ਫੁਲਕਾ ਸਾਹਿਬ ਜਿਨ੍ਹਾਂ ਅਸੀਫਾ ਦਿੱਤਾ ਉਹੋ ਜੇ ਲੀਡਰ ਨੂੰ ਸਾਹਮਣੇ ਨਾ ਰੱਖਣਾ ਇਹ ਬਹੁਤ ਵੱਡੀ ਇੱਕ ਕਹਿ ਸਕਦੇ ਆ ਵੀ ਨੁਕਸਾਨ ਹੋਇਆ ਕਿਉਂਕਿ ਵਿਰੋਧੀਆਂ ਨੂੰ ਮੌਕਾ ਮਿਲਦਾ ਹੈ ਵੀ ਤੀਲਾ ਤੀਲਾ ਹੋ ਗਿਆ ਪਰ ਇੱਕ ਪ੍ਰਾਪਤੀ ਇਹਦੇ باوجود ਪ੍ਰਾਪਤੀ ਹੈ ਜੀ ਵੀ ਚੰਡੀਗੜ੍ਹ ਚ ਇਹ ਵੀ ਇੱਕ 2021 ਦੀ ਸਿਆਸੀ ਵੱਡੀ ਘਟਨਾ ਆ ਜੀ ਵੀ ਚੰਡੀਗੜ੍ਹ ਕਾਰਪੋਰੇਸ਼ਨ ਚ 35 ਵਾਡਾਂ ਵਿੱਚੋਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਨਾ 14 ਕੌਂਸਲਰ ਜਿਤਾਉਣੇ ਔਰ ਘਾਗ ਪਾਰਟੀ ਜਿਹੜੀ ਭਾਜਪਾ ਉਹਨੂੰ 12 ਦੇ ਸੁੱਟਣਾ ਕਾਂਗਰਸ ਨੂੰ 8 ਦੇ ਸੁੱਟਣਾ ਤੇ ਅਕਾਲੀ ਦਲ ਨੂੰ ਕੇਵਲ ਇੱਕ ਸੀਟ ਮਿਲਣੀ ਇਹ ਇਹ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਸੇ ਲਈ ਅਰਵਿੰਦ ਕੇਜਰੀਵਾਲ ਹੁਣੇ ਖੁਦ ਚੰਡੀਗੜ੍ਹ ਆ ਕੇ ਉਹਨਾਂ ਨੇ ਜਿੱਤ ਰੈਲੀ ਕੱਢੀ ਇਸੇ ਤਰ੍ਹਾਂ ਉਹ ਇਸ ਤੋਂ ਉਤਸ਼ਾਹਤ ਹੋ ਕੇ ਇਹ ਥੋੜੀ ਗੱਲ ਉਹਨਾਂ ਦੀ ਜੱਜਦੀ ਵੀ ਹੈ ਵੀ ਪੰਜਾਬ ਜੇ ਅਸੀਂ ਚੰਡੀਗੜ੍ਹ ਜਿੱਤ ਲਿਆ ਤੇ ਹੁਣ ਪੰਜਾਬ ਜਿੱਤਾਂਗੇ ਕਿਉਂਕਿ ਇਹਦੇ ਤੋਂ ਇੱਕ ਸੰਕੇਤ ਮਿਲੇ ਨਾ ਸ਼ਾਲੂ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦਾ ਜਿਹੜਾ ਯੂਨਿਟ ਬਹੁਤਾ ਪੁਰਾਣਾ ਤੇ ਮਜ਼ਬੂਤ ਨਹੀਂ ਸੀ ਬਹੁਤਾ ਮਜ਼ਬੂਤ ਨਾ ਹੋਣ ਦੇ ਬਾਵਜੂਦ ਆਪ ਦਾ ਇੱਥੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਨਾ ਕਾਰਪੋਰੇਸ਼ਨ ਦਾ ਉਹਦਾ ਅਰਥ ਇਹ ਹੈ ਵੀ ਕਿਤੇ ਸਾਇਲੈਂਟ ਵੋਟ ਆਮ ਲੋਕਾਂ ਵਿੱਚ ਕਿਤੇ ਇਹ ਗੱਲ ਹੈਗੀ ਐ ਵੀ ਆ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇਸ ਵਾਰੀ ਆਪ ਦਾ ਟੈਸਟ ਕਰੀਏ। ਸੋ ਚੰਡੀਗੜ੍ਹ ਦੀ ਜਿੱਤ ਜਿਹੜੀ ਐ ਆਮ ਆਦਮੀ ਪਾਰਟੀ ਦੀ ਇਹ ਕਹਿ ਸਕਦੇ ਆਂ ਵੀ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਐ। ਜੀ ਬਿਲਕੁਲ। ਤਾਂ ਇਸ ਤੋਂ ਇਲਾਵਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਕਿਸਾਨਾਂ ਦੀ ਗੱਲ ਕਰਦੇ ਆਂ ਕਿਸਾਨੀ ਅੰਦੋਲਨ ਤੋਂ ਹੀ ਨਿਕਲੀ ਦੋ ਪਾਰਟੀਆਂ ਕਿਸਾਨਾਂ ਦੀ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਰੱਖਿਆ ਤੇ ਉਸ ਤੋਂ ਬਾਅਦ ਕਿਸਾਨ ਦੀ 22 ਜਥੇਬੰਦੀਆਂ ਨੇ ਸੰਯੁਕਤ ਇਕੱਠੀ ਮੀਟਿੰਗ ਕੀਤੀ ਤੇ ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਪਾਰਟੀ ਦਾ ਜਿਹੜਾ ਐਲਾਨ ਕਰਤਾ ਤਾਂ 2021 ਨੇ ਦੋ ਹੋਰ ਪਾਰਟੀਆਂ ਜਿਹੜੀਆਂ ਪੰਜਾਬ ਨੂੰ ਜ਼ਰੂਰ ਦਿੱਤੀਆਂ ਨੇ ਦੇਖੋ ਇਹ ਵੀ ਬਹੁਤ ਸਿਆਸੀ ਵੱਡੀ ਘਟਨਾ ਹੈ ਜੀ ਕਿਸਾਨ ਅੰਦੋਲਨ ਜਿੱਤ ਕੇ ਆਏ ਕਿਸਾਨ ਦੀਆਂ ਕਿਸਾਨਾਂ ਦੀਆਂ 32 ਜਥੇਬੰਦੀਆਂ ਤਿੱਥਵੀਂ ਉਗਰਾਹਾ ਸਾਹਿਬ ਵਾਲੀ ਜੀ ਤੇ ਉਹਨਾਂ ਵਿੱਚੋਂ 22 ਕਿਸਾਨ ਜਥੇਬੰਦੀਆਂ ਨੇ ਬਲਬੀਰ ਸਿੰਘ ਰਾਜੇਵਾਲ ਜਿਹੜੇ ਸਾਰੇ ਅੰਦੋਲਨ ਦੇ ਧੁਰੇ ਮੰਨੇ ਜਾਂਦੇ ਸੀ ਜਿਹੜੇ ਬਹੁਤ ਪੜੇ ਲਿਖੇ ਵੀ ਨੇ ਜਿਹੜੇ ਜਿਨ੍ਹਾਂ ਨੇ ਭਾਰਤ ਸਰਕਾਰ ਨਾਲ 네ਗੋਸ਼ੀਏਸ਼ਨ ਕਰਨ ਲਗੀਆਂ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹ ਉਹ ਕਈ ਸਾਲਾਂ ਤੋਂ ਕਹਿੰਦੇ 40 ਸਾਲਾਂ ਤੋਂ ਮੈਂ ਕਿਸਾਨੀ ਅੰਦੋਲਨ ਲੜਦਾ ਆ ਰਿਆਂ ਉਹਨਾਂ ਨੂੰ ਟਿਪਸ ਦੇ ਨੇ ਬਿ ਕਿਸਾਨੀ ਮੁੱਦੇ ਕੀ ਤੇ ਕਿਵੇਂ ਟੇਬਲ ਤੇ ਜਾ ਕੇ ਸਰਕਾਰਾਂ ਨੂੰ ਹਰਾਉਣਾ ਉਨਾਂ ਲਈ ਅਗਵਾਈ ਹੇਠ ਸੰਯੁਕਤ ਸਮਾਜ ਮੋਰਚਾ ਬਣਾਉਣਾ ਤੇ ਇਲੈਕਸ਼ਨ ਲੜਨ ਦਾ ਐਲਾਨ ਕਰਨਾ ਇਹ ਵੱਡੀ ਗੱਲ ਹੈ ਪਰ ਸ਼ਾਲੂ ਲੱਗਦਾ ਹੈ ਵੀ ਜਦੋਂ ਇਹ ਅੰਦੋਲਨ ਚੱਲ ਰਿਹਾ ਹੈ ਤੇ ਉਦੋਂ ਪੰਜਾਬ ਦੇ ਲੋਕ ਸੋਚਦੇ ਸੀ ਵੀ ਜੇ ਕਿਸਾਨ ਜਿੱਤਣ ਤੋਂ ਬਾਅਦ ਪੰਜਾਬ ਧਿਆ ਕੇ ਇਲੈਕਸ਼ਨ ਲੜਨ ਤੇ ਉਹ ਬਹੁਤ ਵੱਡਾ ਮਾਰਕਾ ਮਾਰ ਸਕਦੇ ਆ ਪਰ ਉਹ ਉਹਨਾਂ ਕਰੰਟ ਨਹੀਂ ਲੱਗਿਆ ਕਿਉਂਕਿ 10 ਜਸੇਬੰਦੀਆਂ ਨੇ ਤਾਂ ਕਿਹਾ ਵੀ ਅਹੀ ਤੇ ਸਹਿਮਤ ਨਹੀਂ ਤੁਹਾਡਾ ਨਾਂ 11ਵੇਂ ਗੁਰਾਹਾਂ ਸਾਹਿਬ ਨੇ ਕਹਿਤਾ ਔਰ ਇੱਕ ਸੰਭਾਵਨਾ ਲੱਗਦੀ ਸੀ ਵੀ ਆਮ ਆਦਮੀ ਪਾਰਟੀ ਜਿਹੜੀ ਐ ਉਹ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਨਾਲ ਗੱਠਜੋੜ ਕਰਕੇ ਤੇ ਇਲੈਕਸ਼ਨ ਲੜ ਸਕਦੀ ਹੈ ਪਰ ਜੋ ਹੁਣ ਤੱਕ ਦੀ ਗੱਲ ਸਾਹਮਣੇ ਆ ਰਹੀ ਹੈ ਕੇਦਰੀਵਾਲ ਸਾਹਿਬ ਨੇ ਸੰਕੇਤ ਵੀ ਦਿੱਤੇ ਨੇ ਵੀ ਸਾਡੀ ਤੇ ਗੱਲ ਹੀ ਨਹੀਂ ਹੋਈ ਹਲੇ ਕਿਸਾਨ ਜਥੇਬੰਦੀਆਂ ਨਾਲ ਔਰ ਬਲਬੀਰ ਸਿੰਘ ਰਾਜੇਵਾਲ ਵੀ ਇਹੀ ਗੱਲ ਕਹਿ ਰਹੇ ਨੇ ਵੀ ਹਾਲੇ ਤੇ ਸਾਡੀ ਕੋਈ ਗੱਲ ਨਹੀਂ ਇਹ ਅਫਵਾਹਾਂ ਨੇ ਉਹ ਵੱਡੀ ਗੱਲ ਏ ਵੀ ਕੇਂਦਰੀ ਪਾਰਟੀ ਨੇ 96 ਸੀਟਾਂ ਤੇ ਉਮੀਦਵਾਰ ਤਾਂ ਕਹੇ ਲਾਂ ਦਿੱਤੇ ਮੈਂ ਇੱਥੇ ਆ ਰਿਹਾ ਸੀ ਵੀ ਜੇ ਉਹਨਾਂ ਨੇ ਗੱਠਜੋੜ ਕਰਨਾ ਹੁੰਦਾ ਤੇ ਫੇਰ ਸਟਾਪ ਲਾ ਦੇਣਾ ਸੀ ਉਹਨਾਂ ਨੇ ਛੇਵੀਂ ਲਿਸਟ ਵੀ ਜਾਰੀ ਕਰਤੀ 8 ਕੈਂਡੀਡੇਟਾਂ ਦੀ 88 8 96 ਹੋ ਗਏ ਰਹਿ ਕਿੰਨੇ ਗਏ ਫਿਰ ਹਨਾ 21 21 ਰਹਿ ਗਏ ਸੋ ਉਹ ਸਾਰੀ ਗੱਲ ਤੋਂ ਲੱਗਦਾ ਵੀ ਹੁਣ ਇਹ ਇਲੈਕਸ਼ਨ ਜਿਹੜੀ ਹੈ ਉਹ 8 ਡੱਡ ਲੜਨਗੇ ਹੁਣ ਇਹ ਇਹ ਬਹੁਤ ਵੱਡੀ ਘਟਨਾ ਹੈ ਪੰਜਾਬ ਚ ਇਸ ਵਾਰੀ ਕਾਂਗਰਸ ਬਿਲਕੁਲ ਅਕਾਲੀ ਦਲ ਬੋਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੇ ਭਾਜਪਾ ਕੈਪਟਨ ਤੇ ਢੀਂਡਸਾ ਸਾਹਿਬ ਤੇ ਸੰਯੁਕਤ ਸਮਾਜ ਮੋਰਚਾ ਪੰਜ 13 ਜਿਹੜੀਆਂ ਜਿਹੜੀਆਂ ਨੇ ਪੱਕੇ ਤੌਰ ਤੇ ਖੜੀਆਂ ਹੋ ਗਈਆਂ ਸੋ ਇਹਦੇ ਤੋਂ ਇਹ ਲੱਗਦਾ ਵੀ ਇਸ ਵਾਰ ਇਹ ਇਲੈਕਸ਼ਨ ਚ ਇੱਕ ਨਵੇਂ ਤਰ੍ਹਾਂ ਦਾ ਮੇਲਾ ਦੇਖਿਆ ਜਾਊਗਾ ਲੋਕੀ ਕੰਫਿਊਜ਼ ਵੀ ਹੋਣਗੇ ਕਿਉਂਕਿ ਇਹਦੇ ਚ ਹੁਣ ਇਹ ਵੀ ਪਲੱਸ ਮਾਈਨਸ ਦੇਖਣਾ ਵੀ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੱਗਦਾ ਵੀ 2022 ਦਾ ਜਿੱਥੇ ਆਪਾਂ ਪ੍ਰਵੇਸ਼ ਕਰ ਰਹੇ ਹਾਂ ਉਹਦੇ ਚ ਇਸ ਵਾਰ ਇਲੈਕਸ਼ਨ ਦਾ ਮੇਲਾ ਵੀ ਬੜਾ ਰੋਚਕ ਤੇ ਰੰਗੀਨ ਹੋਊਗਾ ਜੀ ਬਿਲਕੁਲ ਤਾਂ ਸਿਆਸਤ ਵਾਕਿਆ ਹੀ ਬਦਲੀ ਐ ਕਿਸਾਨੀ ਅੰਦੋਲਨ ਵੀ ਆਪਾਂ ਮੁੱਖ ਉਸ ਨੂੰ ਕਾਰਨ ਸਮਝ ਸਕਦੇ ਆ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਹੈ ਕਈ ਵੱਡੇ ਚਿਹਰੇ ਆਏ ਕਈ ਵੱਡੇ ਚਿਹਰੇ ਗਏ ਇੱਕ ਕਿਸਾਂ ਦੀ ਗੱਲ ਕਰੀਏ ਤਾਂ ਮਾਝੇ ਦੇ ਜਰਨਲ ਵਿਕਰਮਜੀਤ ਮਜੀਠੀਆ ਜੀ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਹੈ 2021 ਦੀ ਇਹ ਵੀ ਇੱਕ ਬਹੁਤ ਵੱਡੀ ਘਟਨਾ ਹੈ ਇਹ ਚਲੋ ਇਹ ਇਹ ਵੀ ਇਹ ਸਿਆਸੀ ਘਟਨਾ ਹੈ ਸਿਆਸੀ ਘਟਨਾ ਜੀ ਬਿਲਕੁਲ ਕਿਉਂਕਿ ਇਹ ਜਦੋਂ 2017 ਚ ਕਾਂਗਰਸ ਸਤਾ ਚਾਈ ਸੀ ਜੀ ਤੇ ਉਦੋਂ ਇਹ ਗੱਲ ਡਰੱਗ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਕੈਪਟਨ ਸਾਹਿਬ ਨੇ ਤੇ ਗੁਟਕਾ ਸਾਹਿਬ ਹੱਸ ਕੇ ਫੜ ਕੇ ਸੌਂ ਵੀ ਖਾਧੀ ਸੀ ਵੀ ਚਾਰ ਹਫ਼ਤਿਆਂ ਚ ਲੱਕ ਤੋੜਦਾਗਾ ਜੀ ਔਰ ਖਾਸ ਕਰਕੇ ਅਰਵਿੰਦ ਕੇਜਰੀਵਾਲ ਹੁਣ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪੰਜਾਬ ਚ ਜਗ੍ਹਾ ਜਗ੍ਹਾ ਤੇ ਬੋਰਡ ਲਾ ਕੇ ਵਿਕਰਮ ਮਜੀਠੀਆ ਵਿਰੁੱਧ ਇਹ ਗੱਲ ਕਹੀ ਸੀ ਵੀ ਇਹ ਡਰੱਗ ਮਾਫੀਆ ਨਾਲ ਜੁੜੇ ਨੇ ਸੋ ਪਹਿਲੀ ਤੇ ਘਟਨਾ ਇਹ ਸੀ ਵੀ ਆ ਕੇਦਰੀਵਾਲ ਸਾਹਿਬ ਨੇ ਤੇ ਮੁਆਫੀ ਮੰਗ ਲਈ کورٹ ਜਦੋਂ ਮਾਣਹਾਨੀ ਦਾ ਕੇਸ ਪਿਆ ਤੇ ਕਾਂਗਰਸ ਵਿੱਚ ਇਹ ਕਲੇਸ਼ ਸੀ ਕੈਪਟਨ ਸਰਕਾਰ ਵਿੱਚ ਵੀ ਤੁਸੀਂ ਮਗਰਮਸ਼ ਕਿਉਂ ਨਹੀਂ ਫੜਦੇ ਬਿਲਕੁਲ ਔਰ ਕੈਪਟਨ ਸਾਹਿਬ ਉੱਪਰ ਖਾਸ ਕਰਕੇ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਏ ਪ੍ਰਧਾਨ ਬਣੇ ਜਾਂ ਉਸ ਤੋਂ ਪਹਿਲਾਂ ਵੀ ਤੇ ਇਹ ਅਲੀਗੇਸ਼ਨ ਲੰਮੇ ਆ ਰਹੇ ਕੈਪਟਨ ਅਮਰਿੰਦਰ ਸਿੰਘ ਉੱਪਰ 75-25 ਦੀ ਸੌਦੇਬਾਜ਼ੀ ਹੋਈ ਬਾਦਲਾਂ ਨਾਲ ਰਲ ਕੇ ਚੱਲਦੇ ਨੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤੇ ਫਿਰ ਚੰਨੀ ਸਾਹਿਬ ਦੀ ਸਰਕਾਰ ਉੱਪਰ ਬਾਹਰ ਲਿਆਨੇ ਤੇ ਘੱਟ ਪ੍ਰੈਸ਼ਰ ਪਾਇਆ ਪਰ ਨਵਜੋਤ ਸਿੱਧੂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਪਹਿਲਾਂ ਤੇ ਜਦੋਂ ਉਹਨਾਂ ਨੇ ਡੀਜੀ ਪਿਲ ਆਇਆ ਸੋਹਤਾ ਸਾਹਿਬ ਆਈਪੀਐਸ ਸੋਹਤਾ ਤੇ ਕਿਹਾ ਵੀ ਇਹ ਤੇ ਬਾਦਲਾਂ ਦਾ ਬੰਦਾ ਗਲਤ ਲਾਤਾ ਫਿਰ ਏਜੀ ਲਾਇਆ ਏਪੀਐਸ ਦਿਓਲ ਤੇ ਉਦੋਂ ਵੀ ਕਹਿਤਾ ਵੀ ਇਹ ਤੇ ਸੈਨੀਨ ਦੀਆਂ ਬੇਲਾਂ ਕਰਮਦਾ ਸੀ ਇਹ ਗਲਤ ਲਾਤਾ ਫਿਰ ਅਸਤੀਫਾ ਦਿੱਤਾ ਨਵਜੋਤ ਸਿੱਧੂ ਨੇ ਉਹ ਵੀ ਇਸ ਸਾਲ ਦੀ ਬਹੁਤ ਵੱਡੀ ਘਟਨਾ ਔਰ ਅਸਤੀਫਾ ਲੈ ਕੇ ਇਹੀ ਕਿਹਾ ਵੀ ਦੋਨੋਂ ਬੰਦੇ ਬਦਲੋ ਤੇ ਉਹਨਾਂ ਨੇ ਪ੍ਰੈਸ਼ਰ ਪਵਾ ਕੇ ਏਜੀ ਵੀ ਬਦਲਵਾਇਆ ਤੇ ਡੀਜੀਪੀ ਬਦਲਿਆ ਜਦੋਂ ਡੀਜੀਪੀ ਬਦਲਿਆ ਚੱਟੋ ਪੱਦਿਆ ਸਭ ਆਏ ਤੇ ਆਉਂਦਿਆਂ ਹੀ ਫਿਰ ਵਿਕਰਮ ਮਜੀਠੀਆ ਹੁਣਾ ਵਿਰੋਧ ਐਫ ਆਈ ਆਰ ਦਰਜ ਹੋ ਗਈ ਕਿਹਾ ਗਿਆ ਵੀ ਐਸਟੀਐਫ ਦੀ ਜਿਹੜੀ ਰਿਪੋਰਟ ਹੈ ਉਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਆ ਬੜੀ ਇਹ ਇਹ ਵੱਡਾ ਮੁੱਦਾ ਆ ਔਰ ਇਹਦੇ ਬਾਰੇ ਹਾਲੇ ਤੱਕ ਕੋ ਕਸ਼ਮਕਸ਼ ਚੱਲ ਰਹੀ ਹੈ ਵੀ ਪੁਲਿਸ ਕਹਿ ਰਹੀ ਵੀ ਅਹੀ ਮਜੀਠੀਆ ਸਾਹਿਬ ਨੂੰ ਲੱਭ ਰਹੇ ਤੇ ਮਜੀਠੀਆ ਸਾਹਿਬ ਲੱਭ ਨਹੀਂ ਰਹੇ ਔਰ ਮਜੀਠੀਆ ਸਾਹਿਬ ਦੀ ਜਿਹੜੀ ਹੇਠਲੀ ਅਦਾਲਤ ਚ ਜਮਾਨਤ ਲਈ ਅਰਜੀ ਰਾਦ ਹੋ ਚੁੱਕੀ ਆ ਤੇ 5 ਜਨਵਰੀ ਨੂੰ ਸੁਣਵਾਈ ਹਾਈ ਕੋਰਟ ਚ ਹੋਣੀ ਆ ਸੋ ਇਹ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡੀ ਚੁਣੌਤੀ ਹੈ ਔਰ ਕਾਂਗਰਸ ਇਹਨੂੰ ਇਸ ਢੰਗ ਨਾਲ ਲੈ ਰਹੀ ਹੈ ਵੀ ਇਹ ਸਾਡੀ ਪ੍ਰਾਪਤੀ ਹੈ ਸੋ ਇਹ ਮੁੱਦਾ ਕਿਹੜੇ ਤਨਪਤਨ ਲੱਗੇਗਾ 2022 ਚ ਜਾ ਕੇ ਪਤਾ ਲੱਗੂ ਬੜਾ ਰੋਚਕ ਰਹੇਗਾ ਜੀ ਬਿਲਕੁਲ ਤਾਂ ਇਹ 2021 ਦੀਆਂ ਤੁਹਾਨੂੰ ਅਸੀਂ ਹਲਚਲ ਦੱਸੀ ਹੈ ਸਿਆਸਤ ਦੇ ਵਿੱਚ ਜਿਹੜੀ ਹੋਈ ਹੈ 2021 ਦੇ ਵਿੱਚ ਕਿਹੜੇ ਵੱਡੇ ਚਿਹਰੇ ਆ ਨੇ ਆਪਣੀ ਪਾਰਟੀ ਛੱਡੀ ਕਿਹੜੇ ਵੱਡੇ ਚਿਹਰਿਆਂ ਨੇ ਆਪਣੀ ਪਾਰਟੀ ਦੇ ਵਿੱਚ ਵਾਪਸੀ ਕੀਤੀ ਤੇ ਹੁਣ 2022 ਦੇ ਵਿੱਚ ਵੇਖਣਾ ਹੋਵੇਗਾ ਕਿਉਂਕਿ ਸਿਆਸੀ ਪਾਰਟੀਆਂ ਬਹੁਤ ਖੜੀਆਂ ਹੋਣਗੀਆਂ ਨੇ ਕਿ 2022 ਦੀਆਂ ਚੋਣਾਂ ਬਹੁਤ ਦਿਲਚਸਪ ਜੜੀਆਂ ਹੋਣ ਵਾਲੀਆਂ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ 5 6 6 ਸਿਆਸੀ ਪਾਰਟੀਆਂ ਜੜੀਆਂ ਨਿਤਰੀਆਂ ਹੋਈਆਂ ਚੋਣ ਅਖਾੜੇ ਦੇ ਵਿੱਚ ਤੇ ਪੰਜਾਬ ਦੀ ਜਨਤਾ ਕਿਸ ਦੇ ਸਿਰ ਸੇਰਾ ਸਜਾਉਂਦੀ ਇਹ ਵੇਖਣਾ ਕਾਫੀ ਅਹਿਮ ਹੋਏਗਾ ਤਾਂ ਜਾਂਦੇ ਜਾਂਦੇ ਅਸੀਂ 2021 ਨੂੰ ਅਲਵਿਦਾ ਕਹਿੰਦੇ ਆ ਤੇ 2022 ਦੇ ਲਈ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ